ਚ ਦਿੱਤੀ ਹੈ। ਮਹਾਰਾਣੀ ਪ੍ਰਨੀਤ ਕੌਰ ਵੀ ਇਸ ਲਹਿਜੇ ਚ ਨਹੀਂ ਦੇ ਸਕੇ ਸੀ ਜਿਸ ਲਹਿਜੇ ਚ ਤੁਸੀਂ ਦੇ ਰਹੇ ਹੋ। ਜਦੋਂ ਆ ਕੇ ਦੇਖਿਆ ਜੋ ਲੋਕਾਂ ਦੇ ਮੰਦੇ ਹਾਲਾਤ ਮੈਂ ਇਸ ਇਲਾਕੇ ਦੇ ਵਿੱਚ ਵੇਖੇ, ਮੈਨੂੰ ਲੱਗਦਾ ਹੈ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਪਿੰਡ ਦੇ ਕਿਸੇ ਸ਼ਹਿਰ ਦੇ ਉਹ ਹਾਲ ਨਹੀਂ ਜੋ ਇੱਥੇ ਹੈ। ਇੱਥੋਂ ਹੀ ਗੱਲਾਂ ਸੁਣਨ ਨੂੰ ਮਿਲੀਆਂ ਕਿ ਸਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ, ਪੀਣ ਨੂੰ ਪਾਣੀ ਕਿਸੇ ਪਿੰਡ 'ਚ ਹੈ ਨਹੀਂ, ਕਿਤੇ ਸੜਕਾਂ ਹੈ ਨਹੀਂ। ਤੇ ਜੇ ਉਹਨਾਂ ਮੁੱਦਿਆਂ ਨੂੰ ਨਾ ਚੱਕਾਂਗੇ, ਜੇ ਉਹਨਾਂ ਨੂੰ ਨਾ ਅਵੇਅਰ ਕਰਾਂਗੇ, ਤੇ ਫਿਰ ਅਸੀਂ ਕਲਪਿਟਸ ਹਾਂ ਕਿਤੇ ਨਾ ਕਿਤੇ। ਤੁਸੀਂ ਉਹਨਾਂ ਦੇ ਹਮਸਫ਼ਰ ਹੋ ਜੀਵਨ ਦੇ ਤੇ ਗੁੰਡਾ ਉਹਨਾਂ ਨੂੰ ਕਿਹਾ ਗਿਆ, ਇੱਕ ਗੁੰਡੇ ਦੀ ਪਤਨੀ ਕਹਾਉਣਾ, ਕਿਸ ਤਰ੍ਹਾਂ ਇਸ ਨੂੰ ਡਾਈਜੈਸਟ ਕਰਦੇ ਹੋ, ਕਿਸ ਤਰ੍ਹਾਂ ਰਿਸੀਵ ਕਰਦੇ ਹੋ? ਪਹਿਲਾਂ ਮਜੀਠੀਆ ਸਾਹਿਬ ਨੇ ਕਿਹਾ ਕਿ ਰਾਜਾ ਬਲੀ ਦਾ ਬੱਕਰਾ ਹੈ। ਉਦੋਂ 4 ਦਿਨਾਂ ਬਾਅਦ ਉਹਨਾਂ ਦੀ ਭੈਣ ਜੀ ਕਹਿੰਦੇ ਨੇ ਕਿ ਰਾਜਾ ਗੁੰਡਾ ਹੈ। ਤਾਂ ਮੈਂ ਇਹ ਜਿੰਨੇ ਵਿਰੋਧੀ ਹੈ ਨਾ, ਮੈਂ ਇਹਨਾਂ ਵੱਲ ਇੱਕ ਫਲੈਪ ਲਾਇਆ ਹੋਇਆ, ਮੈਂ ਕੋਈ ਇਹਨਾਂ ਦੀ ਗੱਲ ਨਹੀਂ ਸੁਣਦੀ। ਸਿੱਧੂ ਸਾਹਿਬ ਬਾਰੇ ਨਾ ਅਕਸਰ ਕਿਹਾ ਜਾਂਦਾ ਕਿ ਉਹ ਬੋਲ ਜਾਂਦੇ ਨੇ, ਵੇਖ ਜਾ ਕੇ ਬੋਲ ਜਾਂਦੇ ਨੇ, ਬਾਅਦ ਚ ਪੌੜਾ ਪੈ ਜਾਂਦਾ। ਕਈ ਵਾਰ ਉਹ ਆਪਦੀਆਂ ਵਿਕਟਾਂ ਚ ਜਿਹੜਾ ਬੈਟ ਮਾਰ ਬੈਂਦੇ ਨੇ। ਇਹੀ ਕੁਝ ਰਾਜਾ ਜੀ ਬਾਰੇ ਹੈ, ਉਹ ਕਦੇ ਖੰਘ ਦੀ ਦਵਾਈ ਦੀ ਗੱਲਾਂ ਕਰਨ ਲੱਗ ਜਾਂਦੇ ਨੇ। ਪਰ ਆਪੋਜੀਸ਼ਨ ਪਾਰਟੀ ਉਹਨਾਂ ਕੋਲ ਰਾਜੇ ਦੇ ਖਿਲਾਫ ਗੱਲ ਕਰਨ ਨੂੰ ਕੋਈ ਮੁੱਦਾ ਨਹੀਂ। ਦੇਖੋ, ਅਸੀਂ ਕਦੀ ਕਿਸੇ ਦੇ ਖਿਲਾਫ ਕੋਈ ਗਲਤ ਕੰਮ ਨਹੀਂ ਕੀਤਾ, ਕਦੀ ਕਿਸੇ ਦੀ ਦਵਾਨੀ ਖਾਧੀ ਨਹੀਂ, ਕਦੀ ਮਾੜਾ ਕੰਮ ਨਹੀਂ ਕੀਤਾ, ਨਾ ਕਰਨਾ। ਉਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਜੇਬ ਚ ਪਾਇਆ ਹੋਇਆ, ਤੇ ਹੁਣ ਕੋਈ ਗਲਤ ਅਗਲੇ ਕਰਨਗੇ ਨਾ, ਤੇ ਕਰਨ ਦਿਓ, ਇਗਨੋਰ ਦੇਮ ਕੰਪਲੀਟਲੀ। ਕੀ ਤੁਹਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਔਰਤਾਂ ਦੀ ਸਿਆਸਤ ਵਿੱਚ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਜਸਟੀਫਾਈਡ ਹੈ, ਜਾਂ ਉਹ ਠੀਕ ਹੈ, ਜਾਂ ਉਹ ਬਿਲਕੁਲ ਜਿਹੜਾ ਭਾਵੇਂ ਤੁਹਾਡੀ ਪਾਰਟੀ ਦੀ ਗੱਲ ਹੋਵੇ, ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਹੋਵੇ, ਉਸ 'ਚ ਹੋਰ ਜਿਹੜੀ ਹੈਗੀ ਹੈ ਗਰੋਥ ਦੀ ਲੋੜ ਹੈ? ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ 33% ਸੀਟਸ ਲੋਕ ਸਭਾ ਤੇ ਅਸੈਂਬਲੀ ਦੇ ਵਿੱਚ ਰਿਜ਼ਰਵ ਕੀਤੀਆਂ ਜਾਣਗੀਆਂ। ਹੋਪਫੁਲੀ ਵੈਨ ਵੀ ਗੈਟ ਦੈਟ, ਉਦੋਂ ਸ਼ਾਇਦ ਕਿਤੇ ਥੋੜ੍ਹੀ ਬਹੁਤ ਜਸਟੀਫਿਕੇਸ਼ਨ ਮਿਲੇ। ਇਟ ਇਜ਼ ਨੋਟ ਜਸਟੀਫਾਈਡ ਐਟ ਆਲ ਨਾਓ, ਬਟ ਵਿਮੈਨ ਆਰ ਵੈਰੀ ਕੇਪੇਬਲ ਐਂਡ ਦੇ ਕੈਨ ਡੂ ਐਨੀਥਿੰਗ। ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ, ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਅਹਿਸਾਸ ਹੋ ਗਿਆ ਸੀ ਕਿ ਸਟਾਰ ਕ੍ਰਿਕਟਰ ਉਹਨਾਂ ਦੇ ਸਟਾਰ ਪ੍ਰਚਾਰਕ, ਸਟਾਰ ਚੋਣ ਪ੍ਰਚਾਰਕ ਹੋਣਗੇ। 2019 ਦੀ ਬਠਿੰਡਾ ਦੀ ਲੋਕ ਸਭਾ ਦੀ ਚੋਣ ਨੇ ਇੱਕ ਹੋਰ ਸਿਤਾਰਾ ਕਾਂਗਰਸ ਨੂੰ ਦੇ ਦਿੱਤਾ ਹੈ, ਉਹ ਨੇ ਅਮ੍ਰਿਤਾ ਵੜਿੰਗ ਜੀ। ਤੁਹਾਨੂੰ ਅਹਿਸਾਸ ਸੀ ਕਿ ਤੁਸੀਂ ਸਟਾਰ ਕੈਂਪੇਨਰ ਹੋਣ ਦਾ ਵੀ ਜਿਹੜਾ ਹੈਗਾ ਟੈਲੈਂਟ ਰੱਖਦੇ ਹੋ? ਸਤਿ ਸ਼੍ਰੀ ਅਕਾਲ ਜੀ, ਇਹ ਗੱਲ, ਇਹ ਵਰਡ ਮੈਂ ਪਹਿਲੀ ਵਾਰੀ ਸੁਣ ਰਹੀ ਹਾਂ ਆਪਦੇ ਵਾਸਤੇ, ਤੇ ਮੈਨੂੰ ਤਾਂ ਹਜੇ ਤੱਕ ਵੀ ਨਹੀਂ ਇਸ ਗੱਲ ਦਾ ਪਤਾ। ਸਟਾਰ ਕੈਂਪੇਨਰ, ਦਿਸ ਇਜ਼ ਅ ਵੈਰੀ ਹਿਊਜ ਕੰਪਲੀਮੈਂਟ ਫਾਰ ਮੀ, ਆਈ ਡੋਨਟ ਨੋ ਦੈਟ ਐਕਚੁਅਲੀ। ਪਰ ਮੈਂ ਦੇਖ ਰਿਹਾ ਸੀ ਕਿ ਰਾਤ ਦੇ 9:30 ਵੱਜ ਚੁੱਕੇ ਨੇ, ਬਠਿੰਡਾ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਥੋੜੀ ਦੇਰ ਪਹਿਲਾਂ ਤੂਫਾਨ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਰੈਲੀ ਦੇ ਜਿਹੜੇ ਨੇ ਤੰਬੂ ਪੱਟ ਦਿੱਤੇ ਨੇ, ਪਰ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਤੁਹਾਨੂੰ ਸੁਣਨ ਵਾਸਤੇ ਬਾਰਿਸ਼ 'ਚ ਖੜੇ ਹੋਏ ਨੇ, ਇੱਕ ਸਟਾਰ ਕੈਂਪੇਨਰ ਦੇ ਹੀ ਸਿੰਪਟਮ ਮੈਨੂੰ ਨਜ਼ਰ ਆ ਰਹੇ ਨੇ ਤੁਹਾਡੇ 'ਚ? ਦੇਖੋ, ਸੱਚ ਬੋਲਦੀ ਹੈ, ਆਪਦੇ ਦਿਲ ਤੋਂ ਬੋਲਦੀ ਹੈ, ਔਰ ਜੋ ਕਰਦੇ ਹੈ ਸਿਰਫ ਉਹੀ ਬੋਲਦੀ ਹੈ, ਕੋਈ ਹਵਾ ਦੇ ਵਿੱਚ ਕਿਲੇ ਨਹੀਂ ਬਣਾਈ ਦੇ, ਐਂਡ ਲੋਕ ਸੱਚਾਈ ਪਸੰਦ ਕਰਦੇ ਹੈ, ਬਸ ਇੱਕ ਸੱਚ ਦੇ ਸਿਰ ਤੇ ਖੜੇ ਹੈ, ਤਾਂ ਹੀ ਇਹ ਸਭ ਕੁਝ ਹੈ। ਅਮ੍ਰਿਤਾ ਜੀ, ਤੁਹਾਡੀ ਮੈਰਿਜ ਨੂੰ ਕਿੰਨੇ ਸਾਲ ਹੋ ਗਏ ਨੇ? 13 ਇਅਰਸ। ਉਸ ਤੋਂ ਬਾਅਦ ਰਾਜਾ ਜੀ ਨੇ, ਰਾਜਾ ਵੜਿੰਗੋ ਨੇ 2-3 ਇਲੈਕਸ਼ਨਾਂ ਲੜੀਆਂ ਨੇ, ਇਹ ਮੇਰੇ ਖਿਆਲ 3 ਇਲੈਕਸ਼ਨ ਹੈ ਤੁਹਾਡੀ ਮੈਰਿਜ ਤੋਂ ਬਾਅਦ। ਇਸ ਤੋਂ ਪਹਿਲਾਂ ਤੁਸੀਂ ਕਿਤੇ ਪਾਰਟਿਸਿਪੇਟ ਕੀਤਾ ਐਕਟਿਵਲੀ ਉਹਨਾਂ ਦੀ ਕੈਂਪੇਨ 'ਚ? ਹਾਂਜੀ, ਮੈਰਿਜ ਤੋਂ ਬਾਅਦ ਹਰ ਕੈਂਪੇਨ 'ਚ ਪਾਰਟਿਸਿਪੇਟ ਕੀਤਾ। ਗਿੱਦੜਵੇ ਦੀਆਂ 2 ਕੈਂਪੇਨ ਸੀ ਇਲੈਕਸ਼ਨਸ ਦੀਆਂ, ਦੋਵਾਂ 'ਚ ਬਹੁਤ ਐਕਟਿਵਲੀ ਪਾਰਟਿਸਿਪੇਟ ਕੀਤਾ। ਵੈਸੇ ਵੀ ਦੇਖੋ, ਜ਼ਿੰਦਗੀ ਦੇ ਵਿੱਚ ਜਿਹੜਾ ਪ੍ਰੋਫੈਸ਼ਨ ਹੁੰਦਾ ਉਹਨੂੰ ਅਸੀਂ ਬੜੀ ਐਕਟਿਵਲੀ ਆਪਦੀ ਲਾਈਫ ਸਟਾਈਲ ਦੇ ਵਿੱਚ ਇਮਰਜ ਕੀਤਾ ਹੋਇਆ, ਇੰਬਾਈਬ ਕੀਤਾ ਹੋਇਆ, ਅਤੇ ਹੁਣ ਇਹ ਜ਼ਿੰਦਗੀ ਇਹੀ ਲੱਗਦੀ ਹੈ ਕਿ ਦਿਸ ਇਜ਼ ਲਾਈਫ ਫੋਰ ਅਸ, ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਲਈ ਕੰਮ ਕਰਨਾ, ਇਹੀ ਜ਼ਿੰਦਗੀ ਹੈ ਸਾਡੀ। ਪਰ ਇਹ ਜਿਹੜੀ ਬਠਿੰਡਾ ਦੀ ਜਿਹੜੀ ਇਲੈਕਸ਼ਨ ਹੈ, ਇਸ ਤੋਂ ਬਾਅਦ ਤੁਸੀਂ ਲਾਈਮਲਾਈਟ 'ਚ ਆਇਓ, ਲਾਈਮਲਾਈਟ ਹੈ, ਸੋ ਇਸ ਤੋਂ ਬਾਅਦ ਤੁਸੀਂ ਲਾਈਮਲਾਈਟ 'ਚ ਆਇਓ, ਕਿਸ ਤਰ੍ਹਾਂ ਹੁਣ ਮਹਿਸੂਸ ਕਰ ਰਹੇ ਹੋ ਇੰਨਾ ਐਕਟਿਵਲੀ ਤੁਸੀਂ ਪਾਰਟੀਸਪੇਟ ਕਰ ਰਹੇ ਹੋ? ਨੰਬਰ 1। ਨੰਬਰ 2, ਜੇਕਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਸੇ ਨੇ ਟੱਕਰ ਅਸਲੀ ਅਰਥਾਂ 'ਚ ਪੰਜਾਬ 'ਚ ਦਿੱਤੀ ਹੈ, ਉਹ ਮਹਾਰਾਣੀ ਪ੍ਰਨੀਤ ਕੌਰ ਵੀ ਇਸ ਲਹਿਜੇ 'ਚ ਨਹੀਂ ਦੇ ਸਕੇ ਸੀ ਜਿਸ ਲਹਿਜੇ 'ਚ ਤੁਸੀਂ ਦੇ ਰਹੇ ਹੋ, ਇਸ ਪੋਰਟਫੋਲੀਓ ਨੂੰ, ਜਿਹੜੇ ਇਸ ਪ੍ਰੋਫਾਈਲ ਨੂੰ ਆਪਣੇ ਨੂੰ ਕਿਸ ਤਰ੍ਹਾਂ ਲੈਂਦੇ ਹੋ ਤੁਸੀਂ? ਮੈਂ ਦੇਖੋ, ਜਦੋਂ ਆਈ ਬਠਿੰਡੇ ਦੇ ਵਿੱਚ ਤਾਂ ਮੇਰੀਆਂ ਐਕਸਪੈਕਟੇਸ਼ਨਸ ਇਹ ਸੀ ਕਿ ਇਹ ਬਹੁਤ ਹੀ ਹਾਈ ਪ੍ਰੋਫਾਈਲ ਕੰਸਟੀਟਿਊਐਂਸੀ ਹੈ ਤੇ ਇੱਥੇ ਬਹੁਤ ਕੰਮ ਕੀਤਾ ਹੋਊਗਾ ਬੀਬਾ ਜੀ ਨੇ। ਪਰ ਜਦੋਂ ਆ ਕੇ ਦੇਖਿਆ ਜੋ ਲੋਕਾਂ ਦੇ ਮੰਦੇ ਹਾਲਾਤ ਮੈਂ ਇਸ ਇਲਾਕੇ ਦੇ ਵਿੱਚ ਵੇਖੇ, ਮੈਨੂੰ ਲੱਗਦਾ ਹੈ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਪਿੰਡ ਦੇ ਕਿਸੇ ਸ਼ਹਿਰ ਦੇ ਉਹ ਹਾਲ ਨਹੀਂ ਜੋ ਇੱਥੇ ਹੈ। ਇੱਥੋਂ ਹੀ ਗੱਲਾਂ ਸੁਣਨ ਨੂੰ ਮਿਲੀਆਂ ਕਿ ਸਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ, ਪੀਣ ਨੂੰ ਪਾਣੀ ਕਿਸੇ ਪਿੰਡ 'ਚ ਹੈ ਨਹੀਂ, ਕਿਤੇ ਸੜਕਾਂ ਹੈ ਨਹੀਂ। ਤੇ ਜੇ ਉਹਨਾਂ ਮੁੱਦਿਆਂ ਨੂੰ ਨਾ ਚੱਕਾਂਗੇ, ਜੇ ਉਹਨਾਂ ਨੂੰ ਨਾ ਅਵੇਅਰ ਕਰਾਂਗੇ, ਤੇ ਫਿਰ ਅਸੀਂ ਕਲਪਿਟਸ ਹਾਂ ਕਿਤੇ ਨਾ ਕਿਤੇ। ਐਂਡ ਆਈ ਐਮ ਵੈਰੀ ਓਨੈਸਟ, ਆਪਦਾ ਕੰਮ ਓਨੈਸਟੀ ਨਾਲ ਕਰ ਰਹੀ ਹਾਂ, ਤੇ ਇਹ ਸਾਰਾ ਰਿਜ਼ਲਟ ਓਨੈਸਟੀ ਦਾ ਹੈ।
दैट्स इट। पर सियासत दी गल है, तुसी क्या कि इत्थे लोकां दे रिश्ते नहीं हुंदे, तुहाडे हसबैंड राजा वड़िंग जो कि एमएलए ने गिदड़बाह तों ते लोकसभा दी इलैक्शन लड़दे ने, उहनां नूं गुंडा कहा गया, तुहाडे भी बच्चे ने, तुहाडी बेटी भी एक्टिवली जिहड़ी पार्टीसिपेट कर रही है इलैक्शन नूं, इस तरह तो इहनां चीज़ां नूं तुसी किस तरह लैंदे हो कि तुहाडे हसबैंड 12-13 सालां तों तुहाडी मैरिज हो गई है, दो बच्चे ने ते तुसी उहनां दे हमसफर हो जीवन दे, ते गुंडा उहनां नूं कहा गया, एक गुंडे दी पत्नी कहाउणा, किस तरह इस नूं डाइजेस्ट करदे हो, किस तरह रिसीव करदे हो? देखो देखो ये बंदे ते डिपेंड करता है, शब्दावली किस तरह की वरतद, वो संस्कार किस तरह के, अक्षर उस तरह के यूज करता है। पहला मजीठिया साहब ने कहा कि राजा बलि का बकरा है, उदू चार दिन बाद उन्होंने भैन जी कहते हैं कि राजा गुंडा है। तो मैं ये जिन्हें विरोधी है ना, मैं इन्हों वाल एक फ्लैप लाया हुआ, मैं कोई इन्हों की गल नहीं सुनती। ये सारिया गल् मैनू आपके मुद्दों तो, मैनू आपके टारगेट तो भड़काने लिए करते हैं। ये यूजलैस है, दे आर कंप्लीटली बेसलैस। कोई फर्क पैंदा है? कोई किसी गुंडा कही जाए, कोई किसी बलि का बकरा कही जाए। मैं फिर एक ही गल कहूँगी बीबा जी नूं ते इन्हां दे परिवार नूं कि देखो शराफत नाल वरतो, लोग शराफत लाइक करते, लोग इदां दी शब्दावली बिल्कुल पसंद नहीं करते। तो 23 तरीक नूं इस गल का रिजल्ट आजूगा, जिन्नियां गल्लां तुसीं कह रहे हो लोग एक एक गल का जवाब देणगे, मैनूं कुछ बोलने की लोड़ नहीं पैनी। ਇਹਨਾਂ ਪੰਜਾਬ ਦੀ ਸਿਆਸਤ ਦਾ ਦੂਜਾ ਕਪਲ ਹੈ ਜਿਸ ਨੂੰ ਮੈਂ ਦੋਨਾਂ ਨੂੰ ਮੈਂ ਇੰਟਰਵਿਊ ਇੰਨੀ ਨੇੜਤਾ ਨਾਲ ਕਰ ਰਿਹਾ। ਅੱਜ ਸਵੇਰੇ ਮੈਂ ਰਾਜਾ ਵੜਿੰਗ ਉਹਨਾਂ ਨੂੰ ਇੰਟਰਵਿਊ ਕਰਕੇ ਆਇਆ। ਇਸ ਤੋਂ ਪਹਿਲਾਂ ਜਿਹੜਾ ਪਹਿਲਾ ਕਪਲ ਸੀ ਉਹਦਾ ਮੈਂ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਇਸ਼ਾਰਾ ਦਿੱਤਾ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪਤਨੀ ਨਵਜੋਤ ਕੌਰ ਮੈਡਮ, ਉਹਨਾਂ ਨੂੰ ਵੀ ਮੈਂ ਬੜਾ ਨੇੜਿਓਂ ਇੰਟਰਵਿਊ ਕਾਫੀ ਕਈ ਵਾਰ ਕੀਤਾ ਹੈ। ਤਾਂ ਉੱਥੇ ਮੈਂ ਨਵਜੋਤ ਕੌਰ ਸਿੱਧੂ ਨੂੰ ਜਿਹੜਾ ਇੱਕ ਸਵਾਲ ਜਿਹੜਾ ਲਾਸਟ ਵਾਲੇ ਇੰਟਰਵਿਊ 'ਚ ਮੈਂ ਕੀਤਾ ਸੀ, ਮੈਂ ਕਿਹਾ ਸਿੱਧੂ ਸਾਹਿਬ ਬਾਰੇ ਨਾ ਅਕਸਰ ਕਿਹਾ ਜਾਂਦਾ ਕਿ ਉਹ ਬੋਲ ਜਾਂਦੇ ਨੇ, ਵੇਗ ਚਾ ਕੇ ਬੋਲ ਜਾਂਦੇ ਨੇ, ਬਾਅਦ 'ਚ ਪੁਆੜਾ ਪੈ ਜਾਂਦਾ, ਕਈ ਵਾਰ ਉਹ ਆਪਦੀਆਂ ਵਿਕਟਾਂ 'ਚ ਜਿਹੜਾ ਬੈਟ ਮਾਰ ਬੈਂਦੇ ਨੇ। ਇਹੀ ਕੁਝ ਰਾਜਾ ਜੀ ਬਾਰੇ ਹੈ, ਉਹ ਕਦੇ ਖੰਘ ਦੀ ਦਵਾਈ ਦੀ ਗੱਲਾਂ ਕਰਨ ਲੱਗ ਜਾਂਦੇ ਨੇ, ਕਦੇ ਕੁਝ ਕਰਨ ਲੱਗ ਜਾਂਦੇ। ਮੈਂ ਬੀਬਾ ਨਵਜੋਤ ਕੌਰ ਉਹਨਾਂ ਨੂੰ ਵੀ ਇਹ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਸਮਝਾਉਂਦੇ ਨਹੀਂ, ਘਰੇ ਬੈਠ ਕੇ ਗੱਲ ਨਹੀਂ ਹੁੰਦੀ ਕਿ ਅੱਜ ਦੀ ਤੁਸੀਂ ਕੀ ਬੋਲ ਆਏ ਬਾਹਰ ਜਾ ਕੇ, ਤੁਹਾਡੇ 'ਚ ਕਿਸ ਤਰ੍ਹਾਂ ਦਾ ਇਸ ਮੁੱਦੇ ਦੇ ਉੱਤੇ ਆਪਸ 'ਚ ਸਿੰਕਰਨਾਈਜੇਸ਼ਨ ਹੈ? ਮੈਂ ਰਾਜੇ ਦੀ ਇਸ ਆਦਤ ਨੂੰ ਬਹੁਤ ਐਪਰੀਸ਼ੀਏਟ ਕਰਦੀ ਹਾਂ। ਰਾਜਾ ਇੱਕ ਬਹੁਤ ਸੱਚੇ ਤੇ ਨਿਧੜਕ ਜਰਨੈਲ ਹੈ, ਉਹਨਾਂ ਲਈ ਰਾਈਟ ਵਰਡ ਇਹ ਹੈ। ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਵਿਚਰਦੇ ਹੈ ਹਾਸਾ ਮਖੌਲ, ਉਸੇ ਤਰ੍ਹਾਂ ਹੀ ਆਪਦੇ ਲੋਕਾਂ ਦੇ ਵਿੱਚ ਵਿਚਰਦੇ। ਉਹਨਾਂ ਲਈ ਲੋਕ ਵੋਟਰਸ ਨਹੀਂ ਗਏ, ਇੱਕ ਵੱਡੇ ਪਰਿਵਾਰ ਵਾਂਗੂ ਹੈ। ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਹੈ, ਲੋਕਾਂ ਦੇ ਵਿੱਚ ਵੀ ਬੈਠ ਕੇ ਉਸੇ ਤਰ੍ਹਾਂ ਗੱਲਬਾਤ ਕਰਦੇ ਹੈ, ਐਂਡ ਲੋਕ ਉਹਨਾਂ ਗੱਲਾਂ ਨੂੰ ਪਸੰਦ ਕਰਦੇ ਹੈ। ਪਰ ਓਪੋਜੀਸ਼ਨ ਪਾਰਟੀ ਉਹਨਾਂ ਕੋਲ ਰਾਜੇ ਦੇ ਖਿਲਾਫ ਗੱਲ ਕਰਨ ਨੂੰ ਕੋਈ ਮੁੱਦਾ ਨਹੀਂ। ਦੇਖੋ ਅਸੀਂ ਕਦੀ ਕਿਸੇ ਦੇ ਖਿਲਾਫ ਕੋਈ ਗਲਤ ਕੰਮ ਨਹੀਂ ਕੀਤਾ, ਕਦੀ ਕਿਸੇ ਦੀ ਦਵਾਨੀ ਖਾਧੀ ਨਹੀਂ, ਕਦੀ ਮਾੜਾ ਕੰਮ ਨਹੀਂ ਕੀਤਾ, ਨਾ ਕਰਨਾ। ਉਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਜੇਬ 'ਚ ਪਾਇਆ ਹੋਇਆ, ਅਤੇ ਹੁਣ ਕੋਈ ਗਲਤ ਅਗਲੇ ਕਰਨਗੇ ਨਾ, ਤਾਂ ਕਰਨ ਦਿਓ, ਇਗਨੋਰ ਦੈਮ ਕੰਪਲੀਟਲੀ, ਆਈ ਐਮ ਡੂਇੰਗ ਦੈਟ। ਦੇਖੋ ਮੈਂ ਦੁਬਾਰਾ ਫਿਰ, ਕਿਉਂਕਿ ਤੁਸੀਂ ਇੱਕ ਵੱਖਰ ਜੋ ਵੱਖਰਾ ਤੁਸੀਂ ਡਿਫਰੈਂਸ ਹੈ ਜੋ ਬਾਕੀ ਸਿਆਸਤਦਾਨੋਂ ਜਾਨਾਂ ਨਾਲੋਂ, ਤੁਸੀਂ ਕਪਲ ਹੋ, ਦੋਨੋਂ ਜਿਹੜੇ ਹੈਗੇ ਐਕਟਿਵਲੀ ਸਿਆਸਤ 'ਚ ਪਾਰਟੀਸਪੇਟ ਕਰ ਰਹੇ ਹੋ, ਹਾਲਾਂਕਿ ਤੁਸੀਂ ਕੋਈ ਚੋਣ ਨਹੀਂ ਲੜੀ, ਤੁਹਾਡੇ ਕੋਲ ਕੋਈ ਸਿਆਸੀ ਅਹੁਦਾ ਨਹੀਂ ਹੈਗਾ, ਪਰ ਫਿਰ ਵੀ ਤੁਹਾਡੇ ਜੋ ਕਪਲ ਨੇ ਇੰਡੀਅਨ ਸਿਆਸਤ ਦੇ, ਪੰਜਾਬ ਦੀ ਸਿਆਸਤ ਦੇ, ਉਹਨਾਂ ਦੇ ਅਟਾਇਰ, ਉਹਨਾਂ ਦੀ ਡਰੈਸਿੰਗ ਸੈਂਸ, ਉਹਨਾਂ ਦੀ ਆਪਸ 'ਚ ਤਾਲਮੇਲ, ਇਹਨਾਂ ਨੂੰ ਲੋਕ ਬਹੁਤ ਤਰਜੀਹ ਦਿੰਦੇ ਨੇ। ਜੋ ਮੈਂ ਰਾਜਾ ਸਾਹਿਬ ਨੂੰ ਬਹੁਤ ਦੇਰ ਤੋਂ ਜਾਣਦਾ, ਬੜੇ ਸਾਲਾਂ ਤੋਂ ਜਾਣਦਾ, ਉਹਨਾਂ ਦੇ ਡਰੈਸਿੰਗ ਸੈਂਸ ਦੇ ਕਾਇਲ ਨੇ ਨੌਜਵਾਨ, ਇੱਕ ਗਾਇਕ ਦੀ ਤਰ੍ਹਾਂ, ਇੱਕ ਫਿਲਮੀ ਕਲਾਕਾਰ ਦੀ ਤਰ੍ਹਾਂ ਜਿਹੜੇ ਹੈਗੇ ਨੇ ਪੰਜਾਬ ਦੇ ਨੌਜਵਾਨ, ਉਹਨਾਂ ਨੂੰ ਫੋਲੋ ਕਰਦੇ ਨੇ। ਇਸ ਦੇ ਉੱਤੇ ਕੀ ਵਰਕਿੰਗ ਹੁੰਦੀ ਹੈ? ਹੁਣ ਖਾਸ ਕਰ ਇਲੈਕਸ਼ਨ ਹੈ, ਨਵੇਂ ਜੋੜੇ ਸਵਾਏ ਗਏ, ਹੁਣ ਨਵੀਂ ਜਿਹੜੀ ਹੈਗੀ ਹੈ ਡਰੈਸਿਸ ਜਿਹੜੀਆਂ ਹੈਗਾ ਫਾਈਨਲ ਕੀਤੀਆਂ ਗਈਆਂ, ਹੁਣ ਤੁਸੀਂ ਸੂਟ ਦਿਖਾਏ, ਹੁਣ ਆਹ ਦੇਖੋ ਜੀ ਆਹ ਸੂਟ ਨੇ, ਕਿਹੜੀ ਕਿਹੜੀ ਇਲੈਕਸ਼ਨ 'ਚ ਕਿਹੜੇ ਕਿਹੜੇ ਕਿੱਥੇ ਕਿੱਥੇ ਸ਼ਹਿਰੀ ਵੋਟਰਾਂ 'ਚ ਜਾਣਾ, ਇਹ ਰੰਗ ਪਾ ਕੇ ਜਾਣਾ, ਪੇਂਡੂ ਵੋਟਰਾਂ 'ਚ ਜਾਣਾ, ਇਹ ਰੰਗ ਪਾ ਕੇ ਜਾਣਾ। ਬੜਾ ਲਾਈਟਰ ਵੇਂ 'ਚ ਮੈਂ ਸਵਾਲ ਕਰ ਰਿਹਾ, ਕੋਈ ਇਹ ਨਹੀਂ ਕਿ ਮੈਂ ਤੁਹਾਡੀ ਸਟੇਟਮੈਂਟ ਔਨ ਰਿਕਾਰਡ ਲੈ ਰਿਹਾ। ਰਾਜਾ ਜੀ ਨੇ ਇਕੱਲੇ ਚਿੱਟੇ ਕੁੜਤੇ ਪਜਾਮੇ, ਇਕੱਲੇ ਵਾਈਟ ਕੁੜਤੇ ਪਜਾਮੇ ਸਵਾਏ ਹੈ, ਐਂਡ ਆਈ ਥਿੰਕ ਦੇਰ ਇਜ਼ ਨੋ ਅਦਰ ਕਲਰ ਹਮੇਸ਼ਾ। ਕਿੰਨੇ ਨੇ ਜੀ ਉਹਨਾਂ ਕੋਲ ਕੁੜਤੇ ਪਜਾਮੇ? ਮੈਂ ਕਦੀ ਗਿਣੇ ਨਹੀਂ, ਪਰ ਹਮੇਸ਼ਾ ਚਿੱਟੇ ਕੁੜਤੇ ਪਜਾਮੇ ਹੀ ਪਾਏ, ਐਂਡ ਹੀ ਇਜ਼ ਅ ਵੈਰੀ ਵੈਰੀ ਸਿੰਪਲ ਪਰਸਨ। ਉਹ ਲਾਈਫ ਸਟਾਈਲ ਹੈ, ਇਹ ਜਿਹੜਾ ਸਟਾਈਲ ਹੈ, ਆਈ ਥਿੰਕ ਦੈਟ ਗੋਜ਼ ਇਨ ਹਿਜ਼ ਲਾਈਫ, ਹੀ ਹੈਜ਼ ਆਲਵੇਜ਼ ਬਿਨ ਲਾਈਕ ਦਿਸ। ਸ਼ੁਰੂ ਤੋਂ ਹੀ ਰਾਜਾ ਇਸ ਤਰ੍ਹਾਂ ਨੇ, ਕੁਛ ਕੋਈ ਮਿਹਨਤ ਨਹੀਂ ਕੀਤੀ, ਐਂਡ ਓਨੈਸਟਲੀ ਦੱਸਾਂ ਕਦੀ ਇੰਨਾ ਟਾਈਮ ਨਹੀਂ ਹੁੰਦਾ ਕਿ ਬੈਠ ਕੇ ਕੱਪੜੇ ਡਿਸਾਈਡ ਕਰੀਏ, ਕਦੀ ਵੀ ਟਾਈਮ ਨਹੀਂ ਹੁੰਦਾ, ਗੱਲ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਬੜੀ ਵਾਰ, ਤਾਂ ਇਹ ਤਾਂ ਸਵਾਲ ਹੀ ਨਹੀਂ ਉੱਠਦਾ। ਆਈ ਵਿਸ਼ ਇਸ ਤਰ੍ਹਾਂ ਦਾ ਟਾਈਮ ਹੋਵੇ ਕਿ ਬੈਠ ਕੇ ਅਸੀਂ ਕੱਪੜੇ ਡਿਸਾਈਡ ਕਰੀਏ ਕਲਰਸ ਬਾਰੇ ਐਂਡ ਆਲ ਦੈਟ, ਕਦੇ ਟਾਈਮ ਨਹੀਂ ਮਿਲਿਆ। ਬਠਿੰਡਾ ਨੂੰ ਅਕਸਰ ਜਿਹੜਾ ਹੈਗਾ ਆਪਾਂ ਕਲਚਰਲ ਤੌਰ ਦੇ ਉੱਤੇ ਜਿਹੜਾ ਫੈਸ਼ਨ ਦੇ ਮਾਮਲੇ 'ਚ ਜਾਂ ਪੰਜਾਬੀ ਅਟਾਇਰ ਦੇ ਮਾਮਲੇ 'ਚ, ਪੰਜਾਬੀ ਡਰੈਸਿੰਗ ਸੈਂਸ ਦੇ ਮਾਮਲੇ 'ਚ ਫੋਲੋ ਕਰਦੇ ਨੇ ਪੰਜਾਬ 'ਚ ਲੋਕ, ਇੱਥੋਂ ਹੀ ਚੱਲਿਆ ਸੀ ਕਿ ਹਰਸਿਮਰਤ ਸੂਟ, ਕੀ ਹੁਣ ਅੰਮ੍ਰਿਤਾ ਸੂਟ ਦੀ ਵਾਰੀ ਹੈ? ਦਿਸ ਇਜ਼ ਅ ਟਫ ਕੁਐਸਚਨ ਬਿਕੋਜ਼ ਆਈ ਐਮ ਵੈਰੀ ਸਿੰਪਲ, ਮੈਂ ਤਾਂ ਨੋਰਮਲ ਸਿੰਪਲ ਸੂਟਸ ਪਾਉਣੀ ਹੈ। ਜੇ ਲੋਕ ਇਸ ਚੀਜ਼ ਨੂੰ ਫੋਲੋ ਕਰਦੇ ਹੈ ਅਤੇ ਟ੍ਰੈਂਡ ਬਣਾਉਂਦੇ ਹੈ, ਦੈਟ ਇਜ਼ ਗ੍ਰੇਟ, ਪਰ ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਕੋਸ਼ਿਸ਼ ਨਹੀਂ।
ਕਿ ਹਾਂ ਲੋਕ ਇਸ ਚੀਜ਼ ਨੂੰ ਫੋਲੋ ਕਰਨ ਬਿਕੋਜ਼ ਆਮ ਵੈਰੀ ਵੈਰੀ ਸਿੰਪਲ ਇਨ ਮਾਈ ਲਾਈਫ ਸਟਾਈਲ। ਮੈਂ ਕਿਤੇ ਪੜ੍ਹਦਾ ਸੀ ਕਿ ਤੁਹਾਡਾ ਟਾਰਗੇਟ ਪੂਰੇ ਬਠਿੰਡਾ ਲੋਕ ਸਭਾ ਹਲਕੇ ਦੇ 500-600 ਪਿੰਡ ਕਵਰ ਕਰਨ ਦਾ, ਜਿਸ ਲਈ ਤੁਸੀਂ 10-12 ਪਿੰਡ ਰੋਜ਼ ਕਵਰ ਕਰਦੇ ਹੋ ਅਤੇ 5-6 ਰੈਲੀਆਂ ਤੁਸੀਂ ਸ਼ਹਿਰੀ ਇਲਾਕੇ 'ਚ ਕਰਦੇ ਹੋ, ਕੀ ਇਹਦੇ ਵਾਸਤੇ ਕੋਈ ਖਾਸ ਡਾਇਟ, ਕੋਈ ਖਾਸ ਕਿਸੇ ਤੋਂ ਡਾਇਟ ਟਿਪ? ਸਾਡਾ ਸਾਰਾ ਪਰਿਵਾਰ ਵੈਜੀਟੇਰੀਅਨ ਹੈ, ਕਦੀ ਐਗ ਕੰਜ਼ਿਊਮ ਨਹੀਂ ਕਰਦੇ, ਨਾ ਐਗ ਨਾ ਨੋਨ ਵੈਜ, ਕੁਛ ਵੀ ਨਹੀਂ। ਬਹੁਤ ਹੀ ਸਿੰਪਲ ਖਾਣ ਵਾਲੇ, ਆਈ ਵੁੱਡ ਸੇ ਮਾਈ ਫੇਵਰੇਟ ਇਜ਼ ਯੈਲੋ ਦਾਲ, ਮੂੰਗੀ ਦੀ ਦਾਲ ਐਂਡ ਖੁਸ਼ਕ ਫੁਲਕਾ, ਐਂਡ ਦ ਸੇਮ ਗੋਜ਼ ਵਿਦ ਰਾਜਾ। ਵੀ ਆਰ ਵੈਰੀ ਸਿੰਪਲ, ਕੋਈ ਡਾਇਟ ਨਹੀਂ, ਕੁਛ ਨਹੀਂ। ਹਾਂ, ਇੱਕ ਚੀਜ਼ ਹੈ ਕਿ ਪਰਮਾਤਮਾ 'ਚ ਬੜਾ ਵਿਸ਼ਵਾਸ ਹੈ। ਸਾਡੇ ਘਰੇ ਕੋਈ ਟੀ ਵੀ ਨਹੀਂ, ਕਦੀ ਟੀ ਵੀ ਨਹੀਂ ਦੇਖਿਆ, ਅਤੇ ਟੀਵੀ ਨਹੀਂ ਦੇਖਦੇ, ਨੈਵਰ। ਸਾਡੇ ਘਰੇ ਟੀ ਵੀ ਨਹੀਂ ਹੈਗਾ, ਸਾਡੇ ਕਿਸੇ ਘਰ 'ਚ ਕੋਈ ਟੀ ਵੀ ਨਹੀਂ। ਬੱਚੇ ਕਾਰਟੂਨ ਨਹੀਂ ਦੇਖਦੇ? ਨਹੀਂ, ਬੱਚੇ ਵੀ ਨਹੀਂ ਦੇਖਦੇ। ਉਹ ਹੁਣ ਦਿੱਲੀ ਸਾਡੇ ਘਰੇ ਇੱਕ ਵਾਰੀ ਗੈਸਟ ਆਏ ਸੀ, ਅਤੇ ਉਹਨਾਂ ਦੇ ਕਰਕੇ ਸਾਨੂੰ ਟੀ ਵੀ ਲਵਾਉਣਾ ਪੈ ਗਿਆ ਸੀ। ਅਦਰਵਾਈਜ਼ ਉਹ ਬੱਚਿਆਂ ਨੂੰ ਗੇਮਸ ਵਗੈਰਾ, ਉਹ PS4 ਕੀ ਹੁੰਦੀਆਂ, ਉਹ ਲੈ ਕੇ ਦਿੱਤੀਆਂ, ਪਰ ਉਹ ਬੰਦ ਹੀ ਪਈਆਂ, ਬਿਕੋਜ਼ ਨਾ ਸ਼ੌਕ ਹੈ ਅਤੇ ਨਾ ਹੀ ਟਾਈਮ ਹੈ। ਇਹਨਾਂ ਬੱਚਿਆਂ ਕੋਲ ਤਾਂ ਟਾਈਮ ਹੋਣਾ ਚਾਹੀਦਾ ਕਿ ਉਹਨਾਂ ਨੂੰ ਵੀ ਸਿਆਸਤ 'ਚ ਹੁਣੇ ਤੋਂ ਸ਼ੁਰੂ ਕਰ ਲਿਆ। ਬੱਚਿਆਂ ਦੀਆਂ ਗੇਮਸ ਹੁੰਦੀਆਂ ਸਕੂਲ ਤੋਂ ਬਾਅਦ, ਬੱਚੇ ਇੰਨਾ ਥੱਕ ਜਾਂਦੇ ਆ ਕਿ ਟਾਈਮ ਹੁੰਦਾ ਨਹੀਂ, ਬਿਕੋਜ਼ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਬੜਾ ਐਕਟਿਵਲੀ ਪਾਇਆ ਹੋਇਆ, ਅਤੇ ਬੱਚਿਆਂ ਕੋਲ ਟਾਈਮ ਓਨੈਸਟਲੀ ਨਹੀਂ ਹੁੰਦਾ ਗਾ, ਐਂਡ ਬੱਚਿਆਂ ਨੂੰ ਇੰਟਰਸਟ ਵੀ ਨਹੀਂ ਗਾ। ਨਾ ਬਠਿੰਡਾ ਦੀ ਇਲੈਕਸ਼ਨ ਨੇ ਹੋਰ ਟ੍ਰੈਂਡ ਦਿੱਤਾ ਹੈ ਬੱਚਿਆਂ ਨੂੰ ਸਿਆਸਤ 'ਚ ਲੈ ਕੇ ਆਉਣ ਦਾ। ਬਾਦਲ ਪਰਿਵਾਰ ਨੇ ਆਪਣੇ ਦੋਵੇਂ ਬੱਚਾ ਬੇਟਾ ਅਤੇ ਬੇਟੀ ਲੈ ਆਉਂਦੇ ਨੇ, ਹਾਲਾਂਕਿ ਮਨਪ੍ਰੀਤ ਬਾਦਲ ਔਨ ਰਿਕਾਰਡ ਕਹਿ ਚੁੱਕੇ ਨੇ ਕਿ ਉਹਨਾਂ ਦੇ ਬੇਟੇ ਅਰਜੁਨ ਬਾਦਲ ਬਿਜ਼ਨਸ ਕਰਨਗੇ, ਬਿਲਕੁਲ ਸਿਆਸਤ ਨਹੀਂ ਕਰਨਗੇ, ਉਹਨਾਂ ਦੇ ਪਤਨੀ ਵੀ ਸਿਆਸਤ ਨਹੀਂ ਕਰਨਗੇ। ਉਹ ਆਖਰੀ ਬਾਦਲ, ਇਸ ਬਾਦਲ ਪਰਿਵਾਰ ਦੇ, ਗੁਰਦਾਸ ਸਿੰਘ ਬਾਦਲ ਦੇ ਪਰਿਵਾਰ ਦੇ ਆਖਰੀ ਵਿਅਕਤੀ ਨੇ ਜੋ ਸਿਆਸਤਦਾਨ ਨੇ। ਉਸ ਤੋਂ ਬਾਅਦ ਉਹਨਾਂ ਦੀ ਅਗਲੀ ਪੀੜ੍ਹੀ ਵਿੱਚ ਕੋਈ ਵੀ ਸਿਆਸਤਦਾਨ ਨਹੀਂ ਬਣੇਗਾ, ਇਹ ਔਨ ਰਿਕਾਰਡ ਸਾਡੇ ਕੋਲ ਇੰਟਰਵਿਊ 'ਚ ਉਹਨਾਂ ਨੇ ਕਿਹਾ। ਚਲੋ, ਉਹ ਅਪਾਰਟ ਫਰੋਮ ਦੈਟ, ਜਿਸ ਤਰ੍ਹਾਂ ਤੁਸੀਂ ਤੁਹਾਡੇ ਬੱਚੇ ਵੀ ਐਕਟਿਵਲੀ ਜਿਹੜਾ ਹੈਗਾ ਸਟੇਜਾਂ ਦੇ ਉੱਤੇ ਦਿਖ ਰਹੇ ਨੇ, ਚੋਣ ਮਹਿਫਲਾਂ 'ਚ ਦਿਖ ਰਹੇ ਨੇ, ਕੀ ਇਹ ਟ੍ਰੈਂਡ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਕਿ ਬੱਚਿਆਂ ਦੇ ਉੱਤੇ ਇਹ ਪ੍ਰੈਸ਼ਰ ਨਹੀਂ ਹੈਗਾ ਕਿ ਉਹਨਾਂ ਨੂੰ ਇੱਕ ਸੇਲ ਦਾ ਜਿਹੜਾ ਹੈਗਾ ਪ੍ਰੋਡਕਟ ਨਹੀਂ ਬਣਾ ਕੇ ਚੱਲਦੇ ਕਿ ਚਲੋ ਇਹਨਾਂ ਦੀ ਮਾਸੂਮੀਅਤ ਵੀ ਥੋੜ੍ਹੀ ਜਿਹੀ ਦਿਖਾ ਲਓ ਕਿ ਸ਼ਾਇਦ ਇੱਥੋਂ ਹੀ ਕੋਈ ਅਟਰੈਕਟ ਹੋ ਜਾਵੇ? ਇਹ ਬੜਾ, ਮਤਲਬ ਬੜੇ ਗਲਤ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਪੁੱਟ ਕਰ ਰਹੇ ਹੋ। ਮੇਰੀ ਬੇਟੀ 7 ਸਾਲ ਦੀ ਸੀ, ਅਤੇ ਇੱਕ ਆਲ ਇੰਡੀਆ ਦੀ ਮੀਟ ਹੋਈ ਸੀ ਜਿਹਦੇ ਵਿੱਚ ਅਬਾਊਟ 10,000 ਬੰਦਾ ਸੀ, ਐਂਡ ਸੋਨੀਆ ਗਾਂਧੀ ਜੀ ਸਟੇਜ 'ਤੇ ਸਨ, ਅਤੇ ਮੇਰੀ ਬੇਟੀ ਏਕਮ ਨੇ ਪਹਿਲਾ ਲੈਕਚਰ ਜਿਹੜਾ ਕਿਸੇ ਨੇ ਸਟੇਜ 'ਤੇ ਦਿੱਤਾ, ਦੈਟ ਵਾਜ਼ ਏਕਮ, 7 ਸਾਲ ਦੀ ਸੀ ਏਕਮ, ਉਹਨੇ ਆਪਦੀ ਜ਼ਿੰਦਗੀ ਦਾ ਫਸਟ ਲੈਕਚਰ ਦਿੱਤਾ ਸੀ, ਅਤੇ ਸਟੇਜ ਸੰਭਾਲੀ ਵੀ ਸੀ, ਅਤੇ ਅਸੀਂ ਨਹੀਂ ਉਹਨੂੰ ਕਦੀ ਵੀ ਕਿਹਾ, ਮੈਂ ਰੈਕਮੈਂਡ ਨਹੀਂ ਕਰਦੀ ਏਕਮ ਆਵੇ, ਉਹ ਜ਼ਿੱਦ ਕਰਕੇ ਪਾਰਟੀਸਪੇਟ ਕਰਦੀ ਹੈ, ਸ਼ੀ ਇਜ਼ ਵੈਰੀ ਕਲੋਜ਼ ਟੂ ਹਰ ਫਾਦਰ, ਅਤੇ ਜੋ ਪਾਪਾ ਕਰਦੇ ਉਹ ਪਿੱਛੇ ਪਿੱਛੇ ਉਹਨਾਂ ਦੇ ਫੁੱਟਸਟੈਪਸ ਵਿੱਚ ਚੱਲਦੀ ਹੈ। ਮੇਰਾ ਬੇਟਾ ਇੰਨਾ ਇੰਟਰਸਟ ਨਹੀਂ ਲੈਂਦਾ, ਪਰ ਬੇਟੀ ਦਾ ਬਾਈ ਡਿਫੋਲਟ ਹੀ ਇੱਧਰ ਇੰਟਰਸਟ ਬਹੁਤ ਹੈ, ਉਹ ਆਪੇ ਪਾਰਟੀਸਪੇਟ ਕਰਦੀ ਹੈ, ਇਹ ਸਾਡੇ ਵੱਲੋਂ ਕੋਈ ਪ੍ਰੈਸ਼ਰ ਨਹੀਂ, ਐਂਡ ਮੈਂ ਚਾਹੁੰਦੀ ਨਹੀਂ ਏਕਮ ਇਹ ਕਰੇ। ਤੁਸੀਂ ਕਾਫੀ ਬਰੀਕੀ ਨਾਲ ਸਿਆਸਤ ਨੂੰ ਦੇਖ ਰਹੇ ਹੋ, ਮੈਂ ਜੋ ਤੁਹਾਨੂੰ ਸਮਝ ਸਕਿਆ, ਕੀ ਤੁਹਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਔਰਤਾਂ ਦੀ ਸਿਆਸਤ ਵਿੱਚ ਜਿਹੜੀ ਪਾਰਟੀਸਪੇਸ਼ਨ ਹੈ ਉਹ ਜਸਟੀਫਾਈਡ ਹੈ, ਜਾਂ ਉਹ ਠੀਕ ਹੈ, ਜਾਂ ਉਹ ਬਿਲਕੁਲ ਜਿਹੜਾ ਭਾਵੇਂ ਤੁਹਾਡੀ ਪਾਰਟੀ ਦੀ ਗੱਲ ਹੋਵੇ ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਹੋਵੇ ਉਸ 'ਚ ਹੋਰ ਜਿਹੜੀ ਹੈਗੀ ਹੈ ਗਰੋਥ ਦੀ ਲੋੜ ਹੈ? ਬਿਲਕੁਲ ਜਸਟੀਫਾਈਡ ਨਹੀਂ, ਇਸ ਗੱਲ 'ਤੇ ਮੈਂ ਇਹ ਕਹੂੰਗੀ, ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਅਤੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ 33% ਸੀਟਸ ਲੋਕ ਸਭਾ ਅਤੇ ਅਸੈਂਬਲੀ ਦੇ ਵਿੱਚ ਰਿਜ਼ਰਵ ਕੀਤੀਆਂ ਜਾਣਗੀਆਂ, ਹੋਪਫੁਲੀ ਵੈਨ ਵੀ ਗੈਟ ਦੈਟ, ਉਦੋਂ ਸ਼ਾਇਦ ਕਿਤੇ ਥੋੜ੍ਹੀ ਬਹੁਤ ਜਸਟੀਫਿਕੇਸ਼ਨ ਮਿਲੇ। ਇਟ ਇਜ਼ ਨੋਟ ਜਸਟੀਫਾਈਡ ਐਟ ਆਲ ਨਾਓ, ਬਟ ਵਿਮੈਨ ਆਰ ਵੈਰੀ ਕੇਪੇਬਲ ਐਂਡ ਦੇ ਕੈਨ ਡੂ ਐਨੀਥਿੰਗ, ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ, ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਸਿਆਸਤ ਦੇ ਵਿੱਚ। ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਇਸ ਵਕਤ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਹੋ, ਵਿਰੋਧੀ ਪਾਰਟੀ ਭਾਵੇਂ ਉਹ ਵਿਰੋਧੀ ਨੇ ਪਰ ਕਾਫੀ ਸਮੇਂ ਤੋਂ ਉਹਨੂੰ ਆਦਤ ਪੈ ਚੁੱਕੀ ਹੈ ਸੱਤਾ ਵਿੱਚ ਰਹਿਣ ਦੀ, ਬਾਦਲ ਪਰਿਵਾਰ ਦੀ ਮੈਂ ਗੱਲ ਕਰ ਰਿਹਾ, ਬੀਬਾ ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ ਕਿ ਸਰਕਾਰ ਤੁਸੀਂ ਹੋ ਕਿਉਂਕਿ ਕਾਂਗਰਸ ਨੂੰ ਤੁਸੀਂ ਰਿਪ੍ਰੈਜੈਂਟ ਕਰ ਰਹੇ ਹੋ, ਤੁਸੀਂ ਆਪਣੇ ਗੁਪਤਚਰ ਉਹਨਾਂ ਦੇ ਸਿਕਿਉਰਿਟੀ ਵਿੱਚ ਵਾੜੇ ਹੋਏ ਨੇ, ਉਹ ਜਿਹੜੇ ਨੇ ਖੁਫੀਆ ਗੱਲਾਂ ਇੱਧਰ ਉੱਧਰ ਭੇਜਦੇ ਨੇ ਕਿ ਉਸ ਪਿੰਡ ਆਉਣ ਵਾਲੇ ਨੇ, ਉੱਥੋਂ ਉਹਨਾਂ ਦਾ ਬਾਈਕਾਟ ਹੁੰਦਾ ਜਿਵੇਂ ਸ਼ਾਇਦ ਕਿਸੇ ਮੰਡੀ ਕਲਾਂ ਪਿੰਡ 'ਚ ਬਾਈਕਾਟ ਹੋਇਆ ਹੈ? ਬੀਬਾ ਜੀ ਦੇ ਮਨ 'ਚ ਇੰਨਾ ਡਰ ਬੈਠ ਚੁੱਕਿਆ ਹੈ, ਪਿਛਲੇ 10 ਸਾਲਾਂ 'ਚ ਜੋ ਇਹਨਾਂ ਨੇ ਕੀਤਾ ਜਾਂ ਜੋ ਬਾਦਲ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਉਹ ਬੀਬਾ ਜੀ ਤੋਂ ਬਾਅਦ ਕੋਈ ਨਹੀਂ ਜਾਣਦਾ, ਅਤੇ ਸਹੀ ਕੰਮ ਕੋਈ ਹੋਇਆ ਨਹੀਂ। ਅੱਜ ਬੀਬਾ ਜੀ ਦੇ ਮਨ ਦਾ ਡਰ ਸਤਾ ਰਿਹਾ ਬੀਬਾ ਜੀ ਨੂੰ, ਅਤੇ ਫਿਰ ਉਹਨਾਂ ਨੇ ਕਿਸੇ ਨਾ ਕਿਸੇ 'ਤੇ ਇਲਜ਼ਾਮ ਤਾਂ ਲਾਉਣਾ ਹੀ ਹੈ, ਉਹ ਬਲੇਮ ਕਰ ਰਹੇ ਆ ਸਾਡੇ 'ਤੇ, ਐਕਚੁਅਲੀ ਉਹਨਾਂ ਦੇ ਆਪਦੇ ਮਨ ਦਾ ਡਰ ਹੈ। ਇੱਕ ਹੋਰ ਮੇਰਾ ਸਪਲੀਮੈਂਟਰੀ ਲਾਸਟ ਸਵਾਲ, ਇੱਕ ਹੋਰ ਮਹਿਲਾ ਉਮੀਦਵਾਰ ਬੀਬਾ ਬਲਜਿੰਦਰ ਕੌਰ ਮੈਦਾਨ 'ਚ ਨੇ, ਉਹ ਸੁਖਪਾਲ ਸਿੰਘ ਖਹਿਰਾ ਵੀ ਮੈਦਾਨ 'ਚ ਨੇ, ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕਿਸ ਨਾਲ ਮੁੱਖ ਮੁਕਾਬਲਾ ਮੰਨਦੇ ਹੋ, ਅਤੇ ਦੂਜਾ ਕਿੰਨੀ ਵੋਟਾਂ ਨਾਲ ਜਿੱਤ ਦੀ ਆਸ ਰੱਖਦੇ ਹੋ? ਕਿਉਂਕਿ ਮੈਂ ਇਹ ਤਾਂ ਕਹਿ ਨਹੀਂ ਸਕਦਾ ਕਿ ਹਾਰੋਗੇ ਜਾਂ ਜਿੱਤੋਗੇ, ਜਿੱਤ ਦੀ ਆਸ ਨਾਲ ਹੀ ਤੁਰੇ ਫਿਰਦੇ ਹੋ।
देखो मेरा टारगेट है लोगों तक सच पहुँचाना, लोगों के हकों बारे उन्होंने अवेयर करना, तो मैं इस काम को बड़ी ऑनेस्टली नाल बड़ी सिंसैरिटी नाल कर रही हूँ, तो लोगों तो बड़ा भरवा हुंगारा मिल रहा है, तो मैं आपदा तो लोगों का कनैक्ट देख रही हूँ, मैं नहीं देख रही ऑपोजिशन च कौन खड़े, मैं आपदा तो लोगों का कनैक्ट वेख के इस गल का विश्वास लोगों ने जताया है कि भैन जी बड़े व्डे मार्जिन नाल जितांगे, ऐं डटे रहो लगे रहो, बस लोगों के हौसले तो तुरी फिर दी है, ऑपोजिशन वाला मेरा कोई ध्यान नहीं तो ना मैं देना चाहनी है। जेकर केंद्रीय मंत्री हरसिमरत कौर बादल नूं किसे ने टक्कर असली अर्थां च पंजाब च दित्ती है, वो महाराणी प्रनीत कौर भी इस लहजे च नहीं दे सके सी जिस लहजे च तुसी दे रहे हो। जदों आके देखिया जो लोगों दे मंदे हालात मैं इस इलाके दे विच वेखे, मैनूं लगदा है पूरे पंजाब दे विचों किसे पिंड दे किसे शहर दे ओ हाल नहीं जो इत्थे है। इत्थों ही गल्लां सुनण नूं मिलियां कि साडे बच्चां दे रिश्ते नहीं हुंदे, पीण नूं पाणी किसे पिंड च है नहीं, कितें सड़कां है नहीं, ते जी उहनां मुद्दयां नूं ना चक्कांगे जी उन्होंने ना अवेयर करांगे तो फिर असी कल्प्रिट्स हैं कितने ना कितने। ਤੁਸੀਂ ਉਹਨਾਂ ਦੇ ਹਮਸਫ਼ਰ ਨੂੰ ਜੀਵਨ ਦੇ ਤੇ ਗੁੰਡਾ ਉਹਨਾਂ ਨੂੰ ਕਿਹਾ ਗਿਆ, ਇੱਕ ਗੁੰਡੇ ਦੀ ਪਤਨੀ ਕਹਾਉਣਾ, ਕਿਸ ਤਰ੍ਹਾਂ ਇਸ ਨੂੰ ਡਾਈਜੈਸਟ ਕਰਦੇ ਹੋ, ਕਿਸ ਤਰ੍ਹਾਂ ਰਿਸੀਵ ਕਰਦੇ ਹੋ? ਪਹਿਲਾਂ ਮਜੀਠੀਆ ਸਾਹਿਬ ਨੇ ਕਿਹਾ ਕਿ ਰਾਜਾ ਬਲੀ ਦਾ ਬੱਕਰਾ ਹੈ, ਉਦੋਂ ਚਾਰ ਦਿਨਾਂ ਬਾਅਦ ਉਹਨਾਂ ਦੀ ਭੈਣ ਜੀ ਕਹਿੰਦੇ ਨੇ ਕਿ ਰਾਜਾ ਗੁੰਡਾ ਹੈ, ਤਾਂ ਮੈਂ ਇਹ ਜਿੰਨੇ ਵਿਰੋਧੀ ਹੈ ਨਾ, ਮੈਂ ਇਹਨਾਂ ਵੱਲ ਐ ਇੱਕ ਫਲੈਪ ਲਾਇਆ ਹੋਇਆ, ਮੈਂ ਕੋਈ ਇਹਨਾਂ ਦੀ ਗੱਲ ਨਹੀਂ ਸੁਣਦੀ। ਸਿੱਧੂ ਸਾਹਿਬ ਬਾਰੇ ਨਾ ਅਕਸਰ ਕਿਹਾ ਜਾਂਦਾ ਹੈ ਕਿ ਉਹ ਬੋਲ ਜਾਂਦੇ ਨੇ, ਵੇਖ ਜਾ ਕੇ ਬੋਲ ਜਾਂਦੇ ਨੇ, ਬਾਅਦ ਚ ਪੁਆੜਾ ਪੈ ਜਾਂਦਾ, ਕਈ ਵਾਰ ਉਹ ਆਪਦੀਆਂ ਵਿਕਟਾਂ ਚ ਜਿਹੜਾ ਬੈਟ ਮਾਰ ਬੈਂਦੇ ਨੇ। ਇਹੀ ਕੁਝ ਰਾਜਾ ਜੀ ਬਾਰੇ ਹੈ, ਉਹ ਕਦੇ ਖੰਘ ਦੀ ਦਵਾਈ ਦੀ ਗੱਲਾਂ ਕਰਨ ਲੱਗ ਜਾਂਦੇ ਨੇ, ਪਰ ਆਪੋਜੀਸ਼ਨ ਪਾਰਟੀ ਉਹਨਾਂ ਕੋਲ ਰਾਜੇ ਦੇ ਖਿਲਾਫ ਗੱਲ ਕਰਨ ਨੂੰ ਕੋਈ ਮੁੱਦਾ ਨਹੀਂ। ਦੇਖੋ ਅਸੀਂ ਕਦੀ ਕਿਸੇ ਦੇ ਖਿਲਾਫ ਕੋਈ ਗਲਤ ਕੰਮ ਨਹੀਂ ਕੀਤਾ, ਕਦੀ ਕਿਸੇ ਦੀ ਦਵਾਨੀ ਖਾਧੀ ਨਹੀਂ, ਕਦੀ ਮਾੜਾ ਕੰਮ ਨਹੀਂ ਕੀਤਾ, ਨਾ ਕਰਨਾ ਹੈ। ਉਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਜੇਬ ਚ ਪਾਇਆ ਹੋਇਆ, ਤੇ ਹੁਣ ਕੋਈ ਗਲਤ ਅਗਲੇ ਕਰਨਗੇ ਨਾ, ਤੇ ਕਰਨ ਦਿਓ, ਇਗਨੋਰ ਦੈਮ ਕੰਪਲੀਟਲੀ। ਕੀ ਤੁਹਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਔਰਤਾਂ ਦੀ ਸਿਆਸਤ ਵਿੱਚ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਜਸਟੀਫਾਈਡ ਹੈ ਜਾਂ ਉਹ ਠੀਕ ਹੈ ਜਾਂ ਉਹ ਬਿਲਕੁਲ, ਜਿਹੜਾ ਭਾਵੇਂ ਤੁਹਾਡੀ ਪਾਰਟੀ ਦੀ ਗੱਲ ਹੋਵੇ ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਹੋਵੇ, ਉਸ 'ਚ ਹੋਰ ਜਿਹੜੀ ਹੈਗੀ ਹੈ ਗਰੋਥ ਦੀ ਲੋੜ ਹੈ? ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ 33% ਸੀਟਸ ਲੋਕ ਸਭਾ ਤੇ ਅਸੈਂਬਲੀ ਦੇ ਵਿੱਚ ਰਿਜ਼ਰਵ ਕੀਤੀਆਂ ਜਾਣਗੀਆਂ, ਹੋਪਫੁਲੀ ਵੈਨ ਵੀ ਗੈਟ ਦੈਟ, ਉਦੋਂ ਸ਼ਾਇਦ ਕਿਤੇ ਥੋੜੀ ਬਹੁਤ ਜਸਟੀਫਿਕੇਸ਼ਨ ਮਿਲੇ। ਇਟ ਇਜ਼ ਨੋਟ ਜਸਟੀਫਾਈਡ ਐਟ ਆਲ ਨਾਓ, ਬਟ ਵਿਮੈਨ ਆਰ ਵੈਰੀ ਕੇਪੇਬਲ ਐਂਡ ਦੇ ਕੈਨ ਡੂ ਐਨੀਥਿੰਗ, ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ, ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਅਹਿਸਾਸ ਹੋ ਗਿਆ ਸੀ ਕਿ ਸਟਾਰ ਕ੍ਰਿਕਟਰ ਉਹਨਾਂ ਦੇ ਸਟਾਰ ਪ੍ਰਚਾਰਕ ਸਟਾਰ ਚੋਣ ਪ੍ਰਚਾਰਕ ਹੋਣਗੇ। 2019 ਦੀ ਬਠਿੰਡਾ ਦੀ ਲੋਕ ਸਭਾ ਦੀ ਚੋਣ ਨੇ ਇੱਕ ਹੋਰ ਸਿਤਾਰਾ ਕਾਂਗਰਸ ਨੂੰ ਦੇ ਦਿੱਤਾ ਹੈ, ਉਹ ਨੇ ਅਮ੍ਰਿਤਾ ਵੜਿੰਗ ਜੀ। ਤੁਹਾਨੂੰ ਅਹਿਸਾਸ ਸੀ ਕਿ ਤੁਸੀਂ ਸਟਾਰ ਕੈਂਪੇਨਰ ਹੋਣ ਦਾ ਵੀ ਜਿਹੜਾ ਹੈਗਾ ਟੈਲੈਂਟ ਰੱਖਦੇ ਹੋ? ਸਤਿ ਸ਼੍ਰੀ ਅਕਾਲ ਜੀ, ਇਹ ਗੱਲ ਇਹ ਵਰਡ ਮੈਂ ਪਹਿਲੀ ਵਾਰੀ ਸੁਣ ਰਹੀ ਹਾਂ ਆਪਦੇ ਵਾਸਤੇ, ਤੇ ਮੈਨੂੰ ਤਾਂ ਹਜੇ ਤੱਕ ਵੀ ਨਹੀਂ ਇਸ ਗੱਲ ਦਾ ਪਤਾ ਸਟਾਰ ਕੈਂਪੇਨਰ, ਦਿਸ ਇਜ਼ ਅ ਵੈਰੀ ਹਿਊਜ ਕੰਪਲੀਮੈਂਟ ਫਾਰ ਮੀ, ਆਈ ਡੋਂਟ ਨੋ ਦੈਟ ਐਕਚੁਅਲੀ। ਪਰ ਮੈਂ ਦੇਖ ਰਿਹਾ ਸੀ ਕਿ ਰਾਤ ਦੇ 9:30 ਵੱਜ ਚੁੱਕੇ ਨੇ, ਬਠਿੰਡਾ ਦੇ ਵਿੱਚ ਬਾਰਿਸ਼ ਹੋ ਰਹੀ ਹੈ, ਥੋੜੀ ਦੇਰ ਪਹਿਲਾਂ ਤੂਫਾਨ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਰੈਲੀ ਦੇ ਜਿਹੜੇ ਨੇ ਤੰਬੂ ਪੱਟ ਦਿੱਤੇ ਨੇ, ਪਰ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਤੁਹਾਨੂੰ ਸੁਣਨ ਵਾਸਤੇ ਬਾਰਿਸ਼ 'ਚ ਖੜੇ ਹੋਏ ਨੇ, ਇੱਕ ਸਟਾਰ ਕੈਂਪੇਨਰ ਦੇ ਹੀ ਸਿੰਪਟਮ ਮੈਨੂੰ ਨਜ਼ਰ ਆ ਰਹੇ ਨੇ ਤੁਹਾਡੇ 'ਚ। ਦੇਖੋ ਸੱਚ ਬੋਲਦੀ ਹੈ, ਆਪਦੇ ਦਿਲ ਤੋਂ ਬੋਲਦੀ ਹੈ, ਔਰ ਜੋ ਕਰਦੇ ਹੈ ਸਿਰਫ ਉਹੀ ਬੋਲਦੀ ਹੈ, ਕੋਈ ਹਵਾ ਦੇ ਵਿੱਚ ਕਿਲੇ ਨਹੀਂ ਬਣਾਈ ਦੇ, ਐਂਡ ਲੋਕ ਸੱਚਾਈ ਪਸੰਦ ਕਰਦੇ ਹੈ, ਬਸ ਇੱਕ ਸੱਚ ਦੇ ਸਿਰ ਤੇ ਖੜੇ ਹੈ ਤਾਂ ਹੀ ਇਹ ਸਭ ਕੁਛ ਹੈ। ਅਮ੍ਰਿਤਾ ਜੀ, ਤੁਹਾਡੀ ਮੈਰਿਜ ਨੂੰ ਕਿੰਨੇ ਸਾਲ ਹੋ ਗਏ ਨੇ? 13 ਇਅਰਸ। ਉਸ ਤੋਂ ਬਾਅਦ ਰਾਜਾ ਜੀ ਨੇ, ਰਾਜਾ ਵੜਿੰਗ ਉਹਨਾਂ ਨੇ 2-3 ਇਲੈਕਸ਼ਨਾਂ ਲੜੀਆਂ ਨੇ, ਇਹ ਮੇਰੇ ਖਿਆਲ ਤੀਜੀ ਇਲੈਕਸ਼ਨ ਹੈ ਤੁਹਾਡੀ ਮੈਰਿਜ ਤੋਂ ਬਾਅਦ। ਇਸ ਤੋਂ ਪਹਿਲਾਂ ਤੁਸੀਂ ਕਿਤੇ ਪਾਰਟਿਸਿਪੇਟ ਕੀਤਾ ਐਕਟਿਵਲੀ ਉਹਨਾਂ ਦੀ ਕੈਂਪੇਨ 'ਚ? ਹਾਂਜੀ, ਮੈਰਿਜ ਤੋਂ ਬਾਅਦ ਹਰ ਕੈਂਪੇਨ 'ਚ ਪਾਰਟਿਸਿਪੇਟ ਕੀਤਾ, ਗਿੱਦੜਵੇ ਦੀਆਂ 2 ਕੈਂਪੇਨ ਸੀ ਇਲੈਕਸ਼ਨ ਦੀਆਂ, ਦੋਵਾਂ 'ਚ ਬਹੁਤ ਐਕਟਿਵਲੀ ਪਾਰਟਿਸਿਪੇਟ ਕੀਤਾ। ਵੈਸੇ ਵੀ ਦੇਖੋ ਜ਼ਿੰਦਗੀ ਦੇ ਵਿੱਚ ਜਿਹੜਾ ਪ੍ਰੋਫੈਸ਼ਨ ਹੁੰਦਾ ਹੈ ਉਹਨੂੰ ਅਸੀਂ ਬੜੀ ਐਕਟਿਵਲੀ ਆਪਦੀ ਲਾਈਫ ਸਟਾਈਲ ਦੇ ਵਿੱਚ ਇਮਰਜ ਕੀਤਾ ਹੋਇਆ, ਇੰਬਾਈਬ ਕੀਤਾ ਹੋਇਆ, ਤਾਂ ਹੁਣ ਇਹ ਜ਼ਿੰਦਗੀ ਇਹੀ ਲੱਗਦੀ ਹੈ ਕਿ ਦਿਸ ਇਜ਼ ਲਾਈਫ ਫੋਰ ਅਸ, ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਲਈ ਕੰਮ ਕਰਨਾ, ਇਹੀ ਜ਼ਿੰਦਗੀ ਹੈ ਸਾਡੀ। ਪਰ ਇਹ ਜਿਹੜੀ ਬਠਿੰਡਾ ਦੀ ਜਿਹੜੀ ਇਲੈਕਸ਼ਨ ਹੈ, ਇਸ ਤੋਂ ਬਾਅਦ ਤੁਸੀਂ ਲਾਈਮ ਲਾਈਟ 'ਚ ਆਏ ਹੋ, ਲਾਈਮ ਲਾਈਟ ਹੈ, ਸੋ ਇਸ ਤੋਂ ਬਾਅਦ ਤੁਸੀਂ ਲਾਈਮ ਲਾਈਟ 'ਚ ਆਏ ਹੋ, ਕਿਸ ਤਰ੍ਹਾਂ ਹੁਣ ਮਹਿਸੂਸ ਕਰ ਰਹੇ ਹੋ, ਇੰਨਾ ਐਕਟਿਵਲੀ ਤੁਸੀਂ ਪਾਰਟੀਸਪੇਟ ਕਰ ਰਹੇ ਹੋ? ਨੰਬਰ 1। ਨੰਬਰ 2, ਜੇਕਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਸੇ ਨੇ ਟੱਕਰ ਅਸਲੀ ਅਰਥਾਂ 'ਚ ਪੰਜਾਬ 'ਚ ਦਿੱਤੀ ਹੈ, ਉਹ ਮਹਾਰਾਣੀ ਪ੍ਰਨੀਤ ਕੌਰ ਵੀ ਇਸ ਲਹਿਜੇ 'ਚ ਨਹੀਂ ਦੇ ਸਕੇ ਸੀ ਜਿਸ ਲਹਿਜੇ 'ਚ ਤੁਸੀਂ ਦੇ ਰਹੇ ਹੋ, ਇਸ ਪੋਰਟਫੋਲੀਓ ਨੂੰ, ਜਿਹੜੇ ਇਸ ਪ੍ਰੋਫਾਈਲ ਨੂੰ ਆਪਣੇ ਨੂੰ ਕਿਸ ਤਰ੍ਹਾਂ ਲੈਂਦੇ ਹੋ ਤੁਸੀਂ?
मैं देखो जदों आई बठिंडे दे विच तां मेरियां एक्सपेक्टेशंस ये सी कि ये बहुत ही हाई प्रोफाइल कॉन्स्टिट्यूएंसी है ते इत्थे बहुत कम कीता होगा बीबा जी ने, पर जदों आके देखिया जो लोगों के मंदे हालात मैं इस इलाके दे विच वेखे मैनूं लगता है पूरे पंजाब दे विचों किसे पिंड दे किसे शहर दे ओ हाल नहीं जो इत्थे है। इत्थों ही गल्लां सुनण नूं मिलियां कि साडे बच्चों के रिश्ते नहीं होंदे, पीन नूं पानी किसे पिंड च है नहीं, कितें सड़कां है नहीं, ते जी उन्हां मुद्दियां नूं ना चक्कांगे जी उन्हां नूं ना अवेयर करांगे ते फिर असीं कल्प्रिट्स हैं कितें ना कितें। एंड आई एम वेरी ऑनेस्ट, आपदा काम ऑनेस्टी नाल कर रही हैं ते ये सारा रिजल्ट ऑनेस्टी दा है, दैट्स इट। पर सियासत दी गल है, तुसीं कहा कि इत्थे लोकां दे रिश्ते नहीं हुंदे, तुहाडे हसबैंड राजा वड़िंग जो कि MLA ने गिदड़बाह तों ते लोकसभा दी इलैक्शन लड़दे ने उन्हां नूं गुंडा कहा गया, तुहाडे वी बच्चे ने तुहाडी बेटी वी एक्टिवली जिहड़ी पार्टीसिपेट कर रही है इलैक्शन नूं, इस तरह तो इन्हां चीज़ां नूं तुसीं किस तरह लैंदे हो कि तुहाडे हसबैंड 12-13 सालां तों तुहाडी मैरिज हो गई है, दो बच्चे ने ते तुसीं उन्हां दे हमसफर हो जीवन दे ते गुंडा उन्हां नूं कहा गया, एक गुंडे दी पत्नी कहाउणा, किस तरह इस नूं डाइजेस्ट करदे हो, किस तरह रिसीव करदे हो? देखो ये देखो ये बंदे ते डिपेंड करदा है शब्दावली किस तरह की वरतदा है, उहदे संस्कार किस तरह दे, अक्खर उस तरह दे यूज करदा है। पहला मजीठिया साहब ने कहा कि राजा बली दा बकरा है, उदू चार दिन बाद उन्हां दी भैन जी कहिंदे ने कि राजा गुंडा है। तो मैं ये जिन्ने विरोधी है ना, मैं इन्हां वल एक फ्लैप लाया हुआ, मैं कोई इन्हां दी गल नहीं सुनदी। ये सारियां गल्लां मैनू आपदे मुद्दियां तों मैनू आपदे टारगेट तों भड़काउण लई करदे है, ये यूजलैस है, दे आर कंप्लीटली बेसलैस। कोई फर्क पैंदा है कोई किसी नूं गुंडा कही जावे कोई किसी नूं बली दा बकरा कही जावे? मैं फिर एको ही गल कहूँगी बीबा जी नूं ते इन्हां दे परिवार नूं कि देखो शराफत नाल वरतो, लोग शराफत लाइक करदे, लोग इदां दी शब्दावली बिल्कुल पसंद नहीं करदे। ते 23 तरीक नूं इस गल दा रिजल्ट आजूगा, जिन्नियां गल्लां तुसीं कह रहे हो लोग एक एक गल दा जवाब देणगे, मैनूं कुछ बोलण दी लोड़ नहीं पैणी। ਇਹਨਾਂ ਪੰਜਾਬ ਦੀ ਸਿਆਸਤ ਦਾ ਦੂਜਾ ਕਪਲ ਹੈ ਜਿਸ ਨੂੰ ਮੈਂ ਦੋਨਾਂ ਨੂੰ ਮੈਂ ਇੰਟਰਵਿਊ ਇੰਨੀ ਨੇੜਤਾ ਨਾਲ ਕਰ ਰਿਹਾ। ਅੱਜ ਸਵੇਰੇ ਮੈਂ ਰਾਜਾ ਵੜਿੰਗ ਉਹਨਾਂ ਨੂੰ ਇੰਟਰਵਿਊ ਕਰਕੇ ਆਇਆ। ਇਸ ਤੋਂ ਪਹਿਲਾਂ ਜਿਹੜਾ ਪਹਿਲਾ ਕਪਲ ਸੀ ਉਹਦਾ ਮੈਂ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਇਸ਼ਾਰਾ ਦਿੱਤਾ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪਤਨੀ ਨਵਜੋਤ ਕੌਰ ਮੈਡਮ ਉਹਨਾਂ ਨੂੰ ਵੀ ਮੈਂ ਬੜਾ ਨੇੜਿਓ ਇੰਟਰਵਿਊ ਕਾਫੀ ਕਈ ਵਾਰ ਕੀਤਾ ਹੈ। ਤਾਂ ਉੱਥੇ ਮੈਂ ਨਵਜੋਤ ਕੌਰ ਸਿੱਧੂ ਨੂੰ ਜਿਹੜਾ ਇੱਕ ਸਵਾਲ ਜਿਹੜਾ ਲਾਸਟ ਵਾਲੇ ਇੰਟਰਵਿਊ 'ਚ ਮੈਂ ਕੀਤਾ ਸੀ, ਮੈਂ ਕਿਹਾ ਸਿੱਧੂ ਸਾਹਿਬ ਬਾਰੇ ਨਾ ਅਕਸਰ ਕਿਹਾ ਜਾਂਦਾ ਹੈ ਕਿ ਉਹ ਬੋਲ ਜਾਂਦੇ ਨੇ, ਵੇਗ ਚਾ ਕੇ ਬੋਲ ਜਾਂਦੇ ਨੇ, ਬਾਅਦ 'ਚ ਪੁਆੜਾ ਪੈ ਜਾਂਦਾ, ਕਈ ਵਾਰ ਉਹ ਆਪਦੀਆਂ ਵਿਕਟਾਂ 'ਚ ਜਿਹੜਾ ਬੈਟ ਮਾਰ ਬਹਿੰਦੇ ਨੇ। ਇਹੀ ਕੁਝ ਰਾਜਾ ਜੀ ਬਾਰੇ ਹੈ, ਉਹ ਕਦੇ ਖੰਘ ਦੀ ਦਵਾਈ ਦੀ ਗੱਲਾਂ ਕਰਨ ਲੱਗ ਜਾਂਦੇ ਨੇ, ਕਦੇ ਕੁਝ ਕਰਨ ਲੱਗ ਜਾਂਦੇ। ਮੈਂ ਬੀਬਾ ਨਵਜੋਤ ਕੌਰ ਉਹਨਾਂ ਨੂੰ ਵੀ ਇਹ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਸਮਝਾਉਂਦੇ ਨਹੀਂ, ਘਰੇ ਬੈਠ ਕੇ ਗੱਲ ਨਹੀਂ ਹੁੰਦੀ ਕਿ ਅੱਜ ਦੀ ਤੁਸੀਂ ਕੀ ਬੋਲ ਆਏ ਬਾਹਰ ਜਾ ਕੇ, ਤੁਹਾਡੇ 'ਚ ਕਿਸ ਤਰ੍ਹਾਂ ਦਾ ਇਸ ਮੁੱਦੇ ਦੇ ਉੱਤੇ ਆਪਸ 'ਚ ਸਿੰਕਰਨਾਈਜੇਸ਼ਨ ਹੈ? ਮੈਂ ਰਾਜੇ ਦੀ ਇਸ ਆਦਤ ਨੂੰ ਬਹੁਤ ਐਪਰੀਸ਼ੀਏਟ ਕਰਦੀ ਹਾਂ। ਰਾਜਾ ਇੱਕ ਬਹੁਤ ਸੱਚੇ ਤੇ ਨਿਧੜਕ ਜਰਨੈਲ ਹੈ, ਉਹਨਾਂ ਲਈ ਰਾਈਟ ਵਰਡ ਇਹ ਹੈ। ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਵਿਚਰਦੇ ਹੈ ਹੱਸਾ ਮਖੌਲ, ਉਸੇ ਤਰ੍ਹਾਂ ਹੀ ਆਪਦੇ ਲੋਕਾਂ ਦੇ ਵਿੱਚ ਵਿਚਰਦੇ। ਉਹਨਾਂ ਲਈ ਲੋਕ ਵੋਟਰਸ ਨਹੀਂ ਗਏ, ਇੱਕ ਵੱਡੇ ਪਰਿਵਾਰ ਵਾਂਗੂ ਹੈ। ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਹੈ, ਲੋਕਾਂ ਦੇ ਵਿੱਚ ਵੀ ਬੈਠ ਕੇ ਉਸੇ ਤਰ੍ਹਾਂ ਗੱਲਬਾਤ ਕਰਦੇ ਹੈ, ਐਂਡ ਲੋਕ ਉਹਨਾਂ ਗੱਲਾਂ ਨੂੰ ਪਸੰਦ ਕਰਦੇ ਹੈ। ਪਰ ਓਪੋਜੀਸ਼ਨ ਪਾਰਟੀ ਉਹਨਾਂ ਕੋਲ ਰਾਜੇ ਦੇ ਖਿਲਾਫ ਗੱਲ ਕਰਨ ਨੂੰ ਕੋਈ ਮੁੱਦਾ ਨਹੀਂ। ਦੇਖੋ ਅਸੀਂ ਕਦੀ ਕਿਸੇ ਦੇ ਖਿਲਾਫ ਕੋਈ ਗਲਤ ਕੰਮ ਨਹੀਂ ਕੀਤਾ, ਕਦੀ ਕਿਸੇ ਦੀ ਦਵਾਨੀ ਖਾਧੀ ਨਹੀਂ, ਕਦੀ ਮਾੜਾ ਕੰਮ ਨਹੀਂ ਕੀਤਾ, ਨਾ ਕਰਨਾ। ਉਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਜੇਬ 'ਚ ਪਾਇਆ ਹੋਇਆ, ਅਤੇ ਹੁਣ ਕੋਈ ਗਲਤ ਅਗਲੇ ਕਰਨਗੇ ਨਾ, ਤਾਂ ਕਰਨ ਦਿਓ, ਇਗਨੋਰ ਦੈਮ ਕੰਪਲੀਟਲੀ, ਆਈ ਐਮ ਡੂਇੰਗ ਦੈਟ। ਦੇਖੋ ਮੈਂ ਦੁਬਾਰਾ ਫਿਰ, ਕਿਉਂਕਿ ਤੁਸੀਂ ਇੱਕ ਵੱਖਰ ਜੋ ਵੱਖਰਾ ਤੁਸੀਂ ਡਿਫਰੈਂਸ ਹੈ ਜੋ ਬਾਕੀ ਸਿਆਸਤਦਾਨਾਂ ਨਾਲੋਂ, ਤੁਸੀਂ ਕਪਲ ਹੋ, ਦੋਨੋਂ ਜਿਹੜੇ ਹੈਗੇ ਐਕਟਿਵਲੀ ਸਿਆਸਤ 'ਚ ਪਾਰਟੀਸਪੇਟ ਕਰ ਰਹੇ ਹੋ, ਹਾਲਾਂਕਿ ਤੁਸੀਂ ਕੋਈ ਚੋਣ ਨਹੀਂ ਲੜੀ, ਤੁਹਾਡੇ ਕੋਲ ਕੋਈ ਸਿਆਸੀ ਅਹੁਦਾ ਨਹੀਂ ਹੈਗਾ, ਪਰ ਫਿਰ ਵੀ ਤੁਹਾਡੇ ਜੋ ਕਪਲ ਨੇ ਇੰਡੀਅਨ ਸਿਆਸਤ ਦੇ, ਪੰਜਾਬ ਦੀ ਸਿਆਸਤ ਦੇ, ਉਹਨਾਂ ਦੇ ਅਟਾਇਰ, ਉਹਨਾਂ ਦੀ ਡਰੈਸਿੰਗ ਸੈਂਸ, ਉਹਨਾਂ ਦੀ ਆਪਸ 'ਚ ਤਾਲਮੇਲ, ਇਹਨਾਂ ਨੂੰ ਲੋਕ ਬਹੁਤ ਤਰਜੀਹ ਦਿੰਦੇ ਨੇ। ਜੋ ਮੈਂ ਰਾਜਾ ਸਾਹਿਬ ਨੂੰ ਬਹੁਤ ਦੇਰ ਤੋਂ ਜਾਣਦਾ, ਬੜੇ ਸਾਲਾਂ ਤੋਂ ਜਾਣਦਾ, ਉਹਨਾਂ ਦੇ ਡਰੈਸਿੰਗ ਸੈਂਸ ਦੇ ਕਾਇਲ ਨੇ ਨੌਜਵਾਨ, ਇੱਕ ਗਾਇਕ ਦੀ ਤਰ੍ਹਾਂ, ਇੱਕ ਫਿਲਮੀ ਕਲਾਕਾਰ ਦੀ ਤਰ੍ਹਾਂ ਜਿਹੜੇ ਹੈਗੇ ਨੇ ਪੰਜਾਬ ਦੇ ਨੌਜਵਾਨ ਉਹਨਾਂ ਨੂੰ ਫੋਲੋ ਕਰਦੇ ਨੇ। ਇਸ ਦੇ ਉੱਤੇ ਕੀ ਵਰਕਿੰਗ ਹੁੰਦੀ ਹੈ? ਹੁਣ ਖਾਸ ਕਰ ਇਲੈਕਸ਼ਨ ਹੈ, ਨਵੇਂ ਜੋੜੇ ਸਵਾਏ ਗਏ, ਹੁਣ ਨਵੀਂ ਜਿਹੜੀ ਹੈਗੀ ਹੈ ਡਰੈਸਿਸ ਜਿਹੜੀਆਂ ਫਾਈਨਲ ਕੀਤੀਆਂ ਗਈਆਂ, ਹੁਣ ਤੁਸੀਂ ਸੂਟ ਦਿਖਾਏ, ਹੁਣ ਆਹ ਦੇਖੋ ਜੀ ਆਹ ਸੂਟ ਨੇ, ਕਿਹੜੀ ਕਿਹੜੀ ਇਲੈਕਸ਼ਨ 'ਚ ਕਿਹੜੇ ਕਿੱਥੇ ਕਿੱਥੇ ਸ਼ਹਿਰੀ ਵੋਟਰਾਂ 'ਚ ਜਾਣਾ, ਇਹ ਰੰਗ ਪਾ ਕੇ ਜਾਣਾ, ਪੇਂਡੂ ਵੋਟਰਾਂ 'ਚ ਜਾਣਾ, ਇਹ ਰੰਗ ਪਾ ਕੇ ਜਾਣਾ। ਬੜਾ ਲਾਈਟ ਵੇਅ 'ਚ ਮੈਂ ਸਵਾਲ ਕਰ ਰਿਹਾ, ਕੋਈ ਇਹ ਨਹੀਂ ਕਿ ਮੈਂ ਤੁਹਾਡੀ ਸਟੇਟਮੈਂਟ ਔਨ ਰਿਕਾਰਡ ਲੈ ਰਿਹਾ। ਰਾਜਾ ਜੀ ਨੇ ਇਕੱਲੇ ਚਿੱਟੇ ਕੁੜਤੇ ਪਜਾਮੇ, ਇਕੱਲੇ ਵਾਈਟ ਕੁੜਤੇ ਪਜਾਮੇ ਸਵਾਏ ਹੈ, ਐਂਡ ਆਈ ਥਿੰਕ ਦੇਰ ਇਜ਼ ਨੋ ਅਦਰ ਕਲਰ ਹਮੇਸ਼ਾ। ਕਿੰਨੇ ਨੇ ਜੀ ਉਹਨਾਂ ਕੋਲ ਕੁੜਤੇ ਪਜਾਮੇ? ਮੈਂ ਕਦੀ ਗਿਣੇ ਨਹੀਂ, ਪਰ ਹਮੇਸ਼ਾ ਚਿੱਟੇ ਕੁੜਤੇ ਪਜਾਮੇ ਹੀ ਪਾਏ, ਐਂਡ ਹੀ ਇਜ਼ ਅ ਵੈਰੀ ਵੈਰੀ ਸਿੰਪਲ ਪਰਸਨ, ਉਹ ਲਾਈਫ ਸਟਾਈਲ ਹੈ।
ਇਹ ਜਿਹੜਾ ਸਟਾਈਲ ਹੈ ਆਈ ਥਿੰਕ ਦੈਟ ਦੈਟ ਗੋਜ਼ ਇਨ ਹਿਸ ਲਾਈਫ ਹੀ ਹੈਜ਼ ਆਲਵੇਜ਼ ਬੀਨ ਲਾਈਕ ਦਿਸ ਸ਼ੁਰੂ ਤੋਂ ਹੀ ਰਾਜਾ ਇਸ ਤਰ੍ਹਾਂ ਨੇ ਕੁਛ ਕੋਈ ਮਿਹਨਤ ਨਹੀਂ ਕੀਤੀ ਐਂਡ ਓਨੈਸਟਲੀ ਦੱਸਾਂ ਕਦੀ ਇੰਨਾ ਟਾਈਮ ਨਹੀਂ ਹੁੰਦਾ ਕਿ ਬੈਠ ਕੇ ਕੱਪੜੇ ਡਿਸਾਈਡ ਕਰੀਏ ਕਦੀ ਵੀ ਟਾਈਮ ਨਹੀਂ ਹੁੰਦਾ ਗੱਲ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਬੜੀ ਵਾਰ ਤਾਂ ਇਹ ਤਾਂ ਸਵਾਲ ਹੀ ਨਹੀਂ ਉੱਠਦਾ ਆਈ ਵਿਸ਼ ਇਸ ਤਰ੍ਹਾਂ ਦਾ ਟਾਈਮ ਹੋਵੇ ਕਿ ਬੈਠ ਕੇ ਅਸੀਂ ਕੱਪੜੇ ਡਿਸਾਈਡ ਕਰੀਏ ਕਲਰਸ ਬਾਰੇ ਐਂਡ ਆਲ ਦੈਟ ਕਦੀ ਟਾਈਮ ਨਹੀਂ ਮਿਲਿਆ ਬਠਿੰਡਾ ਨੂੰ ਅਕਸਰ ਜਿਹੜਾ ਹੈਗਾ ਆਪਾਂ ਕਲਚਰਲ ਤੌਰ ਦੇ ਉੱਤੇ ਜਿਹੜਾ ਫੈਸ਼ਨ ਦੇ ਮਾਮਲੇ 'ਚ ਜਾਂ ਪੰਜਾਬੀ ਅਟਾਇਰ ਦੇ ਮਾਮਲੇ 'ਚ ਪੰਜਾਬੀ ਡਰੈਸਿੰਗ ਸੈਂਸ ਦੇ ਮਾਮਲੇ 'ਚ ਫੋਲੋ ਕਰਦੇ ਨੇ ਪੰਜਾਬ 'ਚ ਲੋਕ ਇੱਥੋਂ ਹੀ ਚੱਲਿਆ ਸੀ ਕਿ ਹਰਸਿਮਰਤ ਸੂਟ ਕੀ ਹੁਣ ਅੰਮ੍ਰਿਤਾ ਸੂਟ ਦੀ ਵਾਰੀ ਹੈ ਦਿਸ ਇਜ਼ ਅ ਟਫ ਕੁਐਸਚਨ ਬਿਕੋਜ਼ ਆਈ ਐਮ ਵੈਰੀ ਸਿੰਪਲ ਮੈਂ ਤਾਂ ਨੋਰਮਲ ਸਿੰਪਲ ਸੂਟਸ ਪਾਉਣੀ ਹੈ ਜੇ ਲੋਕ ਇਸ ਚੀਜ਼ ਨੂੰ ਫੋਲੋ ਕਰਦੇ ਹੈ ਅਤੇ ਟਰੈਂਡ ਬਣਾਉਂਦੇ ਹੈ ਦੈਟ ਇਜ਼ ਗ੍ਰੇਟ ਪਰ ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਕੋਸ਼ਿਸ਼ ਨਹੀਂ ਕਿ ਹਾਂ ਲੋਕ ਇਸ ਚੀਜ਼ ਨੂੰ ਫੋਲੋ ਕਰਨ ਬਿਕੋਜ਼ ਆਈ ਐਮ ਵੈਰੀ ਵੈਰੀ ਸਿੰਪਲ ਇਨ ਮਾਈ ਲਾਈਫ ਸਟਾਈਲ ਮੈਂ ਕਿਤੇ ਪੜ੍ਹਦਾ ਸੀ ਕਿ ਤੁਹਾਡਾ ਟਾਰਗੇਟ ਪੂਰੇ ਬਠਿੰਡਾ ਲੋਕ ਸਭਾ ਹਲਕੇ ਦੇ 500-600 ਪਿੰਡ ਕਵਰ ਕਰਨ ਦਾ ਜਿਸ ਲਈ ਤੁਸੀਂ 10-12 ਪਿੰਡ ਰੋਜ਼ ਕਵਰ ਕਰਦੇ ਹੋ ਅਤੇ 5-6 ਰੈਲੀਆਂ ਤੁਸੀਂ ਸ਼ਹਿਰੀ ਇਲਾਕੇ 'ਚ ਕਰਦੇ ਹੋ ਕੀ ਇਹਦੇ ਵਾਸਤੇ ਕੋਈ ਖਾਸ ਡਾਇਟ ਕੋਈ ਖਾਸ ਕਿਸੇ ਤੋਂ ਡਾਇਟ ਟਿਪ ਸਾਡਾ ਸਾਰਾ ਪਰਿਵਾਰ ਵੈਜੀਟੇਰੀਅਨ ਹੈ ਕਦੀ ਐਗ ਕੰਜ਼ਿਊਮ ਨਹੀਂ ਕਰਦੇ ਨਾ ਐਗ ਨਾ ਨੋਨ ਵੈਜ ਕੁਛ ਵੀ ਨਹੀਂ ਬਹੁਤ ਹੀ ਸਿੰਪਲ ਖਾਣ ਵਾਲੇ ਆਈ ਵੁੱਡ ਸੇ ਮਾਈ ਫੇਵਰੇਟ ਇਜ਼ ਯੈਲੋ ਦਾਲ ਮੂੰਗੀ ਦੀ ਦਾਲ ਐਂਡ ਖੁਸ਼ਕ ਫੁਲਕਾ ਐਂਡ ਦ ਸੇਮ ਗੋਜ਼ ਵਿਦ ਰਾਜਾ ਵੀ ਆਰ ਵੈਰੀ ਸਿੰਪਲ ਕੋਈ ਡਾਇਟ ਨਹੀਂ ਕੁਛ ਨਹੀਂ ਹਾਂ ਇੱਕ ਚੀਜ਼ ਹੈ ਕਿ ਪਰਮਾਤਮਾ 'ਚ ਬੜਾ ਵਿਸ਼ਵਾਸ ਹੈ ਸਾਡੇ ਘਰੇ ਕੋਈ ਟੀਵੀ ਨਹੀਂ ਕਦੀ ਟੀਵੀ ਨਹੀਂ ਦੇਖਿਆ ਅਤੇ ਟੀਵੀ ਨਹੀਂ ਦੇਖਦੇ ਨੈਵਰ ਸਾਡੇ ਘਰੇ ਟੀਵੀ ਨਹੀਂ ਹੈਗਾ ਸਾਡੇ ਕਿਸੇ ਘਰ 'ਚ ਕੋਈ ਟੀਵੀ ਨਹੀਂ ਬੱਚੇ ਕਾਰਟੂਨ ਨਹੀਂ ਦੇਖਦੇ ਨਹੀਂ ਬੱਚੇ ਵੀ ਨਹੀਂ ਦੇਖਦੇ ਉਹ ਹੁਣ ਦਿੱਲੀ ਸਾਡੇ ਘਰੇ ਇੱਕ ਵਾਰੀ ਗੈਸਟ ਆਏ ਸੀ ਅਤੇ ਉਹਨਾਂ ਦੇ ਕਰਕੇ ਸਾਨੂੰ ਟੀਵੀ ਲਵਾਉਣਾ ਪੈ ਗਿਆ ਸੀ ਅਦਰਵਾਈਜ਼ ਉਹ ਬੱਚਿਆਂ ਨੂੰ ਗੇਮਸ ਵਗੈਰਾ ਉਹ PS4 ਕੀ ਹੁੰਦੀਆਂ ਉਹ ਲੈ ਕੇ ਦਿੱਤੀਆਂ ਪਰ ਉਹ ਬੰਦ ਹੀ ਪਈਆਂ ਬਿਕੋਜ਼ ਨਾ ਸ਼ੌਕ ਹੈ ਅਤੇ ਨਾ ਹੀ ਟਾਈਮ ਹੈ ਇਹਨਾਂ ਬੱਚਿਆਂ ਕੋਲ ਤਾਂ ਟਾਈਮ ਹੋਣਾ ਚਾਹੀਦਾ ਕਿ ਉਹਨਾਂ ਨੂੰ ਵੀ ਸਿਆਸਤ 'ਚ ਹੁਣੇ ਤੋਂ ਸ਼ੁਰੂ ਕਰ ਲਿਆ ਬੱਚਿਆਂ ਦੀਆਂ ਗੇਮਸ ਹੁੰਦੀਆਂ ਸਕੂਲ ਤੋਂ ਬਾਅਦ ਬੱਚੇ ਇੰਨਾ ਥੱਕ ਜਾਂਦੇ ਆ ਕਿ ਟਾਈਮ ਹੁੰਦਾ ਨਹੀਂ ਬਿਕੋਜ਼ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਬੜਾ ਐਕਟਿਵਲੀ ਪਾਇਆ ਹੋਇਆ ਅਤੇ ਬੱਚਿਆਂ ਕੋਲ ਟਾਈਮ ਓਨੈਸਟਲੀ ਨਹੀਂ ਹੁੰਦਾ ਗਾ ਐਂਡ ਬੱਚਿਆਂ ਨੂੰ ਇੰਟਰਸਟ ਵੀ ਨਹੀਂ ਗਾ ਇੱਕ ਨਾ ਬਠਿੰਡਾ ਦੀ ਇਲੈਕਸ਼ਨ ਨੇ ਹੋਰ ਟ੍ਰੈਂਡ ਦਿੱਤਾ ਹੈ ਬੱਚਿਆਂ ਨੂੰ ਸਿਆਸਤ 'ਚ ਲੈ ਕੇ ਆਉਣ ਦਾ ਬਾਦਲ ਪਰਿਵਾਰ ਨੇ ਆਪਣੇ ਦੋਵੇਂ ਬੱਚਾ ਬੇਟਾ ਅਤੇ ਬੇਟੀ ਲੈ ਆਉਂਦੇ ਨੇ ਹਾਲਾਂਕਿ ਮਨਪ੍ਰੀਤ ਬਾਦਲ ਔਨ ਰਿਕਾਰਡ ਕਹਿ ਚੁੱਕੇ ਨੇ ਕਿ ਉਹਨਾਂ ਦੇ ਬੇਟੇ ਅਰਜੁਨ ਬਾਦਲ ਬਿਜ਼ਨਸ ਕਰਨਗੇ ਬਿਲਕੁਲ ਸਿਆਸਤ ਨਹੀਂ ਕਰਨਗੇ ਉਹਨਾਂ ਦੇ ਪਤਨੀ ਵੀ ਸਿਆਸਤ ਨਹੀਂ ਕਰਨਗੇ ਉਹ ਆਖਰੀ ਬਾਦਲ ਇਸ ਬਾਦਲ ਪਰਿਵਾਰ ਦੇ ਗੁਰਦਾਸ ਸਿੰਘ ਬਾਦਲ ਦੇ ਪਰਿਵਾਰ ਦੇ ਆਖਰੀ ਵਿਅਕਤੀ ਨੇ ਜੋ ਸਿਆਸਤਦਾਨ ਨੇ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਪੀੜ੍ਹੀ ਵਿੱਚ ਕੋਈ ਵੀ ਸਿਆਸਤਦਾਨ ਨਹੀਂ ਬਣੇਗਾ ਇਹ ਔਨ ਰਿਕਾਰਡ ਸਾਡੇ ਕੋਲ ਇੰਟਰਵਿਊ 'ਚ ਉਹਨਾਂ ਨੇ ਕਿਹਾ ਚਲੋ ਉਹ ਅਪਾਰਟ ਫਰੋਮ ਦੈਟ ਜਿਹੜਾ ਜਿਸ ਤਰ੍ਹਾਂ ਤੁਸੀਂ ਤੁਹਾਡੇ ਬੱਚੇ ਵੀ ਐਕਟਿਵਲੀ ਜਿਹੜਾ ਹੈਗਾ ਸਟੇਜਾਂ ਦੇ ਉੱਤੇ ਦਿਖ ਰਹੇ ਨੇ ਚੋਣ ਮਹਿਫਲਾਂ 'ਚ ਦਿਖ ਰਹੇ ਨੇ ਕੀ ਇਹ ਟ੍ਰੈਂਡ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਕਿ ਬੱਚਿਆਂ ਦੇ ਉੱਤੇ ਇਹ ਪ੍ਰੈਸ਼ਰ ਨਹੀਂ ਹੈਗਾ ਕਿ ਉਹਨਾਂ ਨੂੰ ਇੱਕ ਸੇਲ ਦਾ ਜਿਹੜਾ ਹੈਗਾ ਪ੍ਰੋਡਕਟ ਨਹੀਂ ਬਣਾ ਕੇ ਚੱਲਦੇ ਕਿ ਚਲੋ ਇਹਨਾਂ ਦੀ ਮਾਸੂਮੀਅਤ ਵੀ ਥੋੜ੍ਹੀ ਜਿਹੀ ਦਿਖਾ ਲਓ ਕਿ ਸ਼ਾਇਦ ਇੱਥੋਂ ਹੀ ਕੋਈ ਅਟਰੈਕਟ ਹੋ ਜੇ ਇਹ ਬੜਾ ਮਤਲਬ ਬੜੇ ਗਲਤ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਪੁੱਟ ਕਰ ਰਹੇ ਹੋ ਮੇਰੀ ਬੇਟੀ 7 ਸਾਲ ਦੀ ਸੀ ਅਤੇ ਇੱਕ ਆਲ ਇੰਡੀਆ ਦੀ ਮੀਟ ਹੋਈ ਸੀ ਜਿਹਦੇ ਵਿੱਚ ਅਬਾਊਟ 10,000 ਬੰਦਾ ਸੀ ਐਂਡ ਸੋਨੀਆ ਗਾਂਧੀ ਜੀ ਸਟੇਜ 'ਤੇ ਸਨ ਅਤੇ ਮੇਰੀ ਬੇਟੀ ਏਕਮ ਨੇ ਪਹਿਲਾ ਲੈਕਚਰ ਜਿਹੜਾ ਕਿਸੇ ਨੇ ਸਟੇਜ 'ਤੇ ਦਿੱਤਾ ਦੈਟ ਵਾਜ਼ ਏਕਮ 7 ਸਾਲ ਦੀ ਸੀ ਏਕਮ ਉਹਨੇ ਆਪਦੀ ਜ਼ਿੰਦਗੀ ਦਾ ਫਸਟ ਲੈਕਚਰ ਦਿੱਤਾ ਸੀ ਅਤੇ ਸਟੇਜ ਸੰਭਾਲੀ ਵੀ ਸੀ ਅਤੇ ਅਸੀਂ ਨਹੀਂ ਉਹਨੂੰ ਕਦੀ ਵੀ ਕਿਹਾ ਮੈਂ ਰੈਕਮੈਂਡ ਨਹੀਂ ਕਰਦੀ ਏਕਮ ਆਵੇ ਉਹ ਜ਼ਿੱਦ ਕਰਕੇ ਪਾਰਟੀਸਪੇਟ ਕਰਦੀ ਹੈ ਸ਼ੀ ਇਜ਼ ਵੈਰੀ ਕਲੋਜ਼ ਟੂ ਹਰ ਫਾਦਰ ਅਤੇ ਜੋ ਪਾਪਾ ਕਰਦੇ ਉਹ ਪਿੱਛੇ ਪਿੱਛੇ ਉਹਨਾਂ ਦੇ ਫੁੱਟਸਟੈਪਸ ਵਿੱਚ ਚੱਲਦੀ ਹੈ ਮੇਰਾ ਬੇਟਾ ਇੰਨਾ ਇੰਟਰਸਟ ਨਹੀਂ ਲੈਂਦਾ ਪਰ ਬੇਟੀ ਦਾ ਬਾਈ ਡਿਫੋਲਟ ਹੀ ਇੱਧਰ ਇੰਟਰਸਟ ਬਹੁਤ ਹੈ ਉਹ ਆਪੇ ਪਾਰਟੀਸਪੇਟ ਕਰਦੀ ਹੈ ਇਹ ਸਾਡੇ ਵੱਲੋਂ ਕੋਈ ਪ੍ਰੈਸ਼ਰ ਨਹੀਂ ਐਂਡ ਮੈਂ ਚਾਹੁੰਦੀ ਨਹੀਂ ਏਕਮ ਇਹ ਕਰੇ ਤੁਸੀਂ ਕਾਫੀ ਬਰੀਕੀ ਨਾਲ ਸਿਆਸਤ ਨੂੰ ਦੇਖ ਰਹੇ ਹੋ ਮੈਂ ਜੋ ਤੁਹਾਨੂੰ ਸਮਝ ਸਕਿਆ ਕੀ ਤੁਹਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਔਰਤਾਂ ਦੀ ਸਿਆਸਤ ਵਿੱਚ ਜਿਹੜੀ ਪਾਰਟੀਸਪੇਸ਼ਨ ਹੈ ਉਹ ਜਸਟੀਫਾਈਡ ਹੈ ਜਾਂ ਉਹ ਠੀਕ ਹੈ ਜਾਂ ਉਹ ਬਿਲਕੁਲ ਜਿਹੜਾ ਭਾਵੇਂ ਤੁਹਾਡੀ ਪਾਰਟੀ ਦੀ ਗੱਲ ਹੋਵੇ ਭਾਵੇਂ ਕਿਸੇ ਵੀ ਪਾਰਟੀ ਦੀ ਗੱਲ ਹੋਵੇ ਉਸ 'ਚ ਹੋਰ ਜਿਹੜੀ ਹੈਗੀ ਹੈ ਗਰੋਥ ਦੀ ਲੋੜ ਹੈ ਬਿਲਕੁਲ ਜਸਟੀਫਾਈਡ ਨਹੀਂ ਇਸ ਗੱਲ 'ਤੇ ਮੈਂ ਇਹ ਕਹੂੰਗੀ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਅਤੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਕਿ 33% ਸੀਟਸ ਲੋਕ ਸਭਾ ਅਤੇ ਅਸੈਂਬਲੀ ਦੇ ਵਿੱਚ ਰਿਜ਼ਰਵ ਕੀਤੀਆਂ ਜਾਣਗੀਆਂ ਹੋਪਫੁਲੀ ਵੈਨ ਵੀ ਗੈਟ ਦੈਟ ਉਦੋਂ ਸ਼ਾਇਦ ਕਿਤੇ ਥੋੜ੍ਹੀ ਬਹੁਤ ਜਸਟੀਫਿਕੇਸ਼ਨ ਮਿਲੇ ਇਟ ਇਜ਼ ਨੋਟ ਜਸਟੀਫਾਈਡ ਐਟ ਆਲ ਨਾਓ ਬਟ ਵਿਮੈਨ ਆਰ ਵੈਰੀ ਕੇਪੇਬਲ ਐਂਡ ਦੇ ਕੈਨ ਡੂ ਐਨੀਥਿੰਗ ਉਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਸਿਆਸਤ ਦੇ ਵਿੱਚ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਇਸ ਵਕਤ ਇਲੈਕਸ਼ਨ ਦੇ ਵਿੱਚ ਲੱਗੇ ਹੋਏ ਹੋ ਵਿਰੋਧੀ ਪਾਰਟੀ ਭਾਵੇਂ ਉਹ ਵਿਰੋਧੀ ਨੇ ਪਰ ਕਾਫੀ ਸਮੇਂ ਤੋਂ ਉਹਨੂੰ ਆਦਤ ਪੈ ਚੁੱਕੀ ਹੈ ਸੱਤਾ ਵਿੱਚ ਰਹਿਣ ਦੀ ਬਾਦਲ ਪਰਿਵਾਰ ਦੀ ਮੈਂ ਗੱਲ ਕਰ ਰਿਹਾ
ਬੀਬਾ ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ ਕਿ ਸਰਕਾਰ ਤੁਸੀਂ ਹੋ ਕਿਉਂਕਿ ਕਾਂਗਰਸ ਨੂੰ ਤੁਸੀਂ ਰਿਪ੍ਰੈਜੈਂਟ ਕਰ ਰਹੇ ਹੋ, ਤੁਸੀਂ ਆਪਣੇ ਗੁਪਤਚਰ ਉਹਨਾਂ ਦੇ ਸਿਕਿਉਰਿਟੀ ਵਿੱਚ ਵਾੜੇ ਹੋਏ ਨੇ, ਉਹ ਜਿਹੜੇ ਨੇ ਖੁਫੀਆ ਗੱਲਾਂ ਇੱਧਰ ਉੱਧਰ ਭੇਜਦੇ ਨੇ ਕਿ ਉਸ ਪਿੰਡ ਆਉਣ ਵਾਲੇ ਨੇ, ਉੱਥੋਂ ਉਹਨਾਂ ਦਾ ਬਾਈਕਾਟ ਹੁੰਦਾ ਜਿਵੇਂ ਸ਼ਾਇਦ ਕਿਸੇ ਮੰਡੀ ਕਲਾਂ ਪਿੰਡ 'ਚ ਬਾਈਕਾਟ ਹੋਇਆ ਹੈ। ਬੀਬਾ ਜੀ ਦੇ ਮਨ 'ਚ ਇੰਨਾ ਡਰ ਬੈਠ ਚੁੱਕਿਆ ਹੈ, ਪਿਛਲੇ 10 ਸਾਲਾਂ 'ਚ ਜੋ ਇਹਨਾਂ ਨੇ ਕੀਤਾ ਜਾਂ ਜੋ ਬਾਦਲ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਉਹ ਬੀਬਾ ਜੀ ਤੋਂ ਬਾਅਦ ਕੋਈ ਨਹੀਂ ਜਾਣਦਾ, ਤੇ ਸਹੀ ਕੰਮ ਕੋਈ ਹੋਇਆ ਨਹੀਂ। ਅੱਜ ਬੀਬਾ ਜੀ ਦੇ ਮਨ ਦਾ ਡਰ ਸਤਾ ਰਿਹਾ ਬੀਬਾ ਜੀ ਨੂੰ, ਤੇ ਫਿਰ ਉਹਨਾਂ ਨੇ ਕਿਸੇ ਨਾ ਕਿਸੇ ਤੇ ਇਲਜ਼ਾਮ ਤਾਂ ਲਾਉਣਾ ਹੀ ਹੈ, ਉਹ ਬਲੇਮ ਕਰ ਰਹੇ ਆ ਸਾਡੇ ਤੇ, ਐਕਚੁਅਲੀ ਉਹਨਾਂ ਦੇ ਆਪਦੇ ਮਨ ਦਾ ਡਰ ਹੈ। ਇੱਕ ਹੋਰ ਮੇਰਾ ਸਪਲੀਮੈਂਟਰੀ ਲਾਸਟ ਸਵਾਲ, ਇੱਕ ਹੋਰ ਮਹਿਲਾ ਉਮੀਦਵਾਰ ਬੀਬਾ ਬਲਜਿੰਦਰ ਕੌਰ ਮੈਦਾਨ 'ਚ ਨੇ, ਉਹ ਸੁਖਪਾਲ ਸਿੰਘ ਖਹਿਰਾ ਵੀ ਮੈਦਾਨ 'ਚ ਨੇ, ਤੇ ਬੀਬਾ ਹਰਸਿਮਰਤ ਕੌਰ ਬਾਦਲ, ਕਿਸ ਨਾਲ ਮੁੱਖ ਮੁਕਾਬਲਾ ਮੰਨਦੇ ਹੋ ਤੇ ਦੂਜਾ ਕਿੰਨੀ ਵੋਟਾਂ ਨਾਲ ਜਿੱਤ ਦੀ ਆਸ ਰੱਖਦੇ ਹੋ? ਕਿਉਂਕਿ ਮੈਂ ਇਹ ਤਾਂ ਕਹਿ ਨਹੀਂ ਸਕਦਾ ਕਿ ਹਾਰੋਗੇ ਜਾਂ ਜਿੱਤੋਗੇ, ਜਿੱਤ ਦੀ ਆਸ ਨਾਲ ਹੀ ਤੁਰੇ ਫਿਰਦੇ ਹੋ। ਦੇਖੋ ਮੇਰਾ ਟਾਰਗੇਟ ਹੈ ਲੋਕਾਂ ਤੱਕ ਸੱਚ ਪਹੁੰਚਾਉਣਾ, ਲੋਕਾਂ ਦੇ ਹੱਕਾਂ ਬਾਰੇ ਉਹਨਾਂ ਨੂੰ ਅਵੇਅਰ ਕਰਨਾ, ਅਤੇ ਮੈਂ ਇਸ ਕੰਮ ਨੂੰ ਬੜੀ ਓਨੈਸਟਲੀ ਨਾਲ ਅਤੇ ਬੜੀ ਸਿੰਸੈਰਿਟੀ ਨਾਲ ਕਰ ਰਹੀ ਹਾਂ, ਅਤੇ ਲੋਕਾਂ ਤੋਂ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ, ਅਤੇ ਮੈਂ ਆਪਦਾ ਅਤੇ ਲੋਕਾਂ ਦਾ ਕਨੈਕਟ ਦੇਖ ਰਹੀ ਹਾਂ, ਮੈਂ ਨਹੀਂ ਦੇਖ ਰਹੀ ਓਪੋਜੀਸ਼ਨ 'ਚ ਕੌਣ ਖੜੇ, ਮੈਂ ਆਪਦਾ ਅਤੇ ਲੋਕਾਂ ਦਾ ਕਨੈਕਟ ਵੇਖ ਕੇ ਇਸ ਗੱਲ ਦਾ ਵਿਸ਼ਵਾਸ ਲੋਕਾਂ ਨੇ ਜਿਤਾਇਆ ਹੈ ਕਿ ਭੈਣ ਜੀ ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ, ਐਂ ਡਟੇ ਰਹੋ, ਲੱਗੇ ਰਹੋ, ਬਸ ਲੋਕਾਂ ਦੇ ਹੌਸਲੇ ਤਾਂ ਤੁਰੀ ਫਿਰਦੀ ਹੈ, ਓਪੋਜੀਸ਼ਨ ਵੱਲ ਮੇਰਾ ਕੋਈ ਧਿਆਨ ਨਹੀਂ ਅਤੇ ਨਾ ਮੈਂ ਦੇਣਾ ਚਾਹੁੰਦੀ ਹਾਂ। ਜੇਕਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਸੇ ਨੇ ਟੱਕਰ ਅਸਲੀ ਅਰਥਾਂ 'ਚ ਪੰਜਾਬ 'ਚ ਦਿੱਤੀ ਹੈ, ਉਹ ਮਹਾਰਾਣੀ ਪ੍ਰਨੀਤ ਕੌਰ ਵੀ ਇਸ ਲਹਿਜੇ 'ਚ ਨਹੀਂ ਦੇ ਸਕੇ ਸੀ ਜਿਸ ਲਹਿਜੇ 'ਚ ਤੁਸੀਂ ਦੇ ਰਹੇ ਹੋ। ਜਦੋਂ ਆ ਕੇ ਦੇਖਿਆ ਜੋ ਲੋਕਾਂ ਦੇ ਮੰਦੇ ਹਾਲਾਤ ਮੈਂ ਇਸ ਇਲਾਕੇ ਦੇ ਵਿੱਚ ਵੇਖੇ, ਮੈਨੂੰ ਲੱਗਦਾ ਹੈ ਪੂਰੇ ਪੰਜਾਬ ਦੇ ਵਿੱਚੋਂ ਕਿਸੇ ਪਿੰਡ ਦੇ ਕਿਸੇ ਸ਼ਹਿਰ ਦੇ ਉਹ ਹਾਲ ਨਹੀਂ ਜੋ ਇੱਥੇ ਹੈ। ਇੱਥੋਂ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਿ ਸਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਹੁੰਦੇ, ਪੀਣ ਨੂੰ ਪਾਣੀ ਕਿਸੇ ਪਿੰਡ 'ਚ ਹੈ ਨਹੀਂ, ਕਿਤੇ ਸੜਕਾਂ ਹੈ ਨਹੀਂ, ਅਤੇ ਜੇ ਉਹਨਾਂ ਮੁੱਦਿਆਂ ਨੂੰ ਨਾ ਚੱਕਾਂਗੇ, ਜੇ ਉਹਨਾਂ ਨੂੰ ਨਾ ਅਵੇਅਰ ਕਰਾਂਗੇ, ਤਾਂ ਫਿਰ ਅਸੀਂ ਕਲਪ੍ਰਿਟਸ ਹਾਂ ਕਿਤੇ ਨਾ ਕਿਤੇ। ਤੁਸੀਂ ਉਹਨਾਂ ਦੇ ਹਮਸਫ਼ਰ ਹੋ ਜੀਵਨ ਦੇ ਅਤੇ